ਸਾਡੇ ਲਈ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ। ਬਿੱਟੂ ਬਿਹਾਰੀਪੁਰੀਆ ਮਸ਼ਹੂਰ ਬੁਲਾਰਾ ਖੇਡ ਕਬੱਡੀ ਦਾ। ਨੱਥੂ ਚਾਲਤ ਮੱਲੀਆਂ ਭਾਈ ਹੈ ਮੈਚ ਲਾਉਣਾ। ਨੱਥੂ ਚਾਲਤ ਮੱਲੀਆਂ, ਨੱਥੂ ਚਾਲ, ਨੱਥੂ ਚਾਲਿਓ। ਜਿੰਨਾ ਲੇਟ ਹੋਊਗੇ ਉਹਨਾਂ ਤੋਂ ਦਾਤਾ ਟਾਈਮ ਕਰ ਦੇਣਾ। ਬਿੱਟੂ ਬਿਹਾਰੀਪੁਰ ਸਾਡਾ ਵੀਰ ਗਰਾਊਂਡ ਦੇ ਵਿੱਚ ਪੁੱਜ ਜਾਵੇ। ਬਿੱਟੂ ਬਿਹਾਰੀਪੁਰੀਆ ਸਾਡਾ ਵੀਰ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ। ਸੰਘ ਢੇਸੀਆਂ ਤੇ ਦੂਸਰੇ ਪਾਸੇ ਸੁਰ ਸਿੰਘ ਵਾਲਾ, ਦੋਨੋਂ ਟੀਮਾਂ ਦੇ ਦਰਮਿਆਨ ਮੈਚ ਜਿਹੜਾ ਸ਼ੁਰੂ ਹੋ ਚੁੱਕਿਆ। ਇੱਕ ਪਾਸੇ ਸੁਰ ਸਿੰਘ ਵਾਲੇ ਦੀ ਟੀਮ ਖੇਤਾਂ ਵਾਲੀ ਸਾਈਡ ਹੈ ਤੇ ਦੂਸਰੇ ਪਾਸੇ ਸੰਘ ਢੇਸੀਆਂ, ਸੁੱਖਾ ਸੰਘ ਢੇਸੀਆਂ ਵਾਲਾ। ਉੱਧਰ ਵੇਖੋ ਸਾਹਮਣੇ ਸੰਘ ਢੇਸੀਆਂ ਵਾਲਾ ਨੌਜਵਾਨ ਗੱਭਰੂ, ਇਸ ਵੇਲੇ ਵੱਜੀ ਹੋਈ ਕੈਂਚੀ ਨੌਜਵਾਨ ਦੀ ਪਈ ਹੋਈ ਕਬੱਡੀ, ਵਾਹਿਗਾ ਹੋਇਆ ਪੰਪ ਲੱਗਿਆ ਭਾਈ ਜ਼ੋਰ ਦੋਨੋਂ ਕਬੱਡੀ ਖਿਡਾਰੀਆਂ ਦਾ। ਫੈਸਲਾ ਕੀ ਹੈ ਵੀ ਇਹ ਪੁਆਇੰਟ ਜਾਫੀ ਦੇ ਹਿੱਸੇ ਜੁੜਦਾ ਹੋਇਆ। ਲਓ ਦਾਰਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ, ਦਾਰੇ ਦੀ ਪਈ ਹੋਈ ਕਬੱਡੀ। ਚਾਰ ਜਾਫੀਆਂ ਵਿੱਚੋਂ ਕਿਹੜਾ ਜਾਫੀ ਲੱਗ ਕੇ ਜਫਾ ਆਪਣੀ ਟੀਮ ਲਈ ਲੱਖਾ ਜਿਹਾ ਪੁਆਇੰਟ ਜੋੜੂ, ਗੱਲ ਸਮੇਂ ਦੀ ਹੈ। ਲਓ ਦਾਰੇ ਨੇ ਕਬੱਡੀ ਪਾ ਦਿੱਤੀ ਹੈ। ਬਿੱਟੂ ਬਿਹਾਰੀਪੁਰ ਜੀ ਉਹਨਾਂ ਨੂੰ ਮੇਰੀ ਫਿਰ ਤੋਂ ਬੇਨਤੀ ਹੈ, ਉਹ ਖੇਡ ਮੈਦਾਨ ਦੇ ਵਿੱਚ ਪੁੱਜਣ। ਲਓ ਦਾਰੇ ਦੀ ਪਈ ਹੋਈ ਕਬੱਡੀ ਮਿੱਤਰੋ, ਤੇ ਪੁਆਇੰਟ ਦਾਰੇ ਨੇ ਸੰਘ ਢੇਸੀਆਂ ਦੀ ਟੀਮ ਦੇ ਲਈ ਜੋੜ ਦਿੱਤਾ। ਅਗਲੀ ਕਬੱਡੀ ਪਾਉਣ ਦੇ ਲਈ ਫਿਰ ਨੌਜਵਾਨ ਖੇਡ ਮੈਦਾਨ ਦੇ ਵਿੱਚ ਉੱਚੇ ਲੰਬੇ ਕੱਦ ਵਾਲਾ ਗੱਭਰੂ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਜਾਫੀ ਸੰਘ ਢੇਸੀਆਂ ਦੇ ਤਿਆਰ ਨੇ, ਤਿੰਨਾਂ ਦੇ ਵਿੱਚੋਂ ਕਿਸ ਗੱਭਰੂ ਦੇ ਨਾਲ ਮੁਕਾਬਲਾ ਹੋਵੇਗਾ, ਗੱਲ ਸਮੇਂ ਦੀ ਹੈ। ਕਿ ਗੱਭਰੂ ਦੇਸ਼ ਮੇਰੇ ਦੇ ਸੋਹਣੇ ਚਾਵੜੀਆਂ ਹਿੱਕਾ ਤੇ ਮਨਮੋਹਣੇ, ਆਉਂਦੇ ਜਦੋਂ ਵਿੱਚ ਮੈਦਾਨਾਂ ਦੇ ਦੇਖਣ ਵਾਲੇ ਹੁੰਦੇ ਦੋਸਤੋ, ਜੋਹਰ ਜਵਾਨਾਂ ਦੇ ਦੇਖਣ ਵਾਲੇ ਹੁੰਦੇ ਦੋਸਤੋ, ਜੋਹਰ ਜਵਾਨਾਂ ਦੇ ਕਬੱਡੀ ਵਾਲਿਆਂ ਦੀ ਇੱਕ ਇੱਕ ਕਬੱਡੀ ਤੇ ਜਿਹੜਾ ਦੇਖਣ ਯੋਗ ਹੁੰਦਾ ਹੈ, ਦਰਸ਼ਕ ਪੂਰਾ ਸਵਾਦ ਲੈਂਦੇ ਹੈ। ਇੱਧਰ ਨੌਜਵਾਨ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ। ਹੈਲੋ, ਆ ਲਾਲੀ ਸੁਰਖਪੁਰ ਤੋਂ ਭਾਜੀ ਸਟੇਜ ਤੇ ਆਵੇ, ਬੜਾ ਸਨਮਾਨਿਤ ਕਰਨਾ ਆ ਲਾਲੀ ਸੁਰਖਪੁਰ ਤੋਂ। ਲਓ ਦਾਰਾ ਸੰਘ ਢੇਸੀਆਂ ਵਾਲਾ ਨਾਲ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਪਈ ਹੋਈ ਕਬੱਡੀ ਇਸ ਨੌਜਵਾਨ ਨੂੰ ਕਿਹਾ ਡਾ ਛੱਡ ਦਿਓ ਨਸ਼ਿਆਂ ਨੂੰ, ਹਸ਼ੇ ਨਸ਼ੇ ਹੱਡ ਖੋੜ ਦਿੰਦੇ ਜਵਾਨਾ, ਕੱਪ ਉਹੀ ਹੋ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਵਿੱਚ ਜਾਣਾ। ਸੁੱਖੇ ਸੰਘ ਢੇਸੀਆਂ ਵਾਲੇ ਦੀ ਗੱਲ ਹੁੰਦੀ ਹੈ। ਇੱਧਰ ਨੌਜਵਾਨ ਦੀਪੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਸੁਰ ਸਿੰਘ ਵਾਲੇ ਦੀ ਟੀਮ ਵੱਲੋਂ ਵਾਧਾ ਹੋਇਆ, ਜਿੱਥੋਂ ਦਾ ਤਾਬਾ ਮਸ਼ਹੂਰ ਹੈ ਔਰ ਜਿਸ ਟੀਮ ਦੇ ਲਈ ਫਰੰਦੀਪੁਰ ਦਾ ਗੋਪੀ ਖੇਡਦਾ, ਔਰ ਦੇਖਦਾ ਵੀ ਇਸ ਨੌਜਵਾਨ ਦੀ ਪਈ ਹੋਈ ਕਬੱਡੀ ਦੇ ਸੰਘ ਢੇਸੀਆਂ ਵਾਲਾ ਕਿਹੜਾ ਨੌਜਵਾਨ ਲਾ ਪਾਊ ਜਫਾ। ਖੁੱਚ ਪੱਟਣੀ ਤੇ ਬੜੀ ਔਖੀ ਲਾਉਣੀ ਹੈ ਕਬੱਡੀ ਵਿੱਚ ਢਾਕ ਮਿੱਤਰੋ, ਤਾਂ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰੋ। ਲਓ ਕੀਤੀ ਹੋਈ ਕੋਸ਼ਿਸ਼ ਇਸ ਨੌਜਵਾਨ ਦੀ, ਮੁਕਾਬਲਾ ਸਖਤ ਹੈ। ਅਗਲਾ ਮੈਚ ਅਨਾਊਂਸ ਕਰ ਦਿਓ ਜੀ, ਕਿਹੜੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ। ਮੱਲੀਆਂ ਤੇ ਚਾਲ, ਮੱਲੀਆਂ ਤੇ ਨੱਥੂ ਚਾਲ ਦੀਆਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਖੇਡਿਆ ਜਾਵੇਗਾ। ਸਾਬੀ ਦਾ ਪਿੰਡ ਹੈ ਮੱਲੀਆਂ, ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀ ਦਾ, ਸਾਬੀ ਵੀ ਦੁਨੀਆਂ ਦਾ ਹੀਰਾ ਖਿਡਾਰੀ, ਵੱਡਾ ਘਾਟਾ ਪਾ ਗਏ ਇਸ ਖੇਡ ਕਬੱਡੀ ਨੂੰ। ਸਾਬੀ ਕਲੱਬ ਮੱਲੀਆਂ ਦੀ ਟੀਮ ਵੀ ਪੁੱਜੀ ਹੋਈ ਹੈ। ਇੱਧਰ ਨੌਜਵਾਨ ਕਬੱਡੀ ਖੇਡ ਮੈਦਾਨ ਦੇ ਵਿੱਚ ਮਿੱਠੂ ਵਧਿਆ ਹੋਇਆ ਪਈ ਹੋਈ ਇਸ ਨੌਜਵਾਨ ਦੀ ਕਬੱਡੀ ਤੇ, ਚੌਂ ਜਾਫੀਆਂ ਵਿੱਚੋਂ ਕਿਹੜਾ ਜਾਫੀ ਲਾ ਕੇ ਜਫਾ ਆਪਣੀ ਟੀਮ ਲਈ ਲੱਖਾ ਜਿਹਾ ਪੁਆਇੰਟ ਜੋੜੇਗਾ, ਗੱਲ ਸਮੇਂ ਦੀ ਹੈ। ਗੱਲ ਸਮੇਂ ਦੀ ਮੇਰੇ ਵੀਰੋ, ਇਸ ਬੋਲੇ ਹੋਏ ਧਾਵੇ ਨੂੰ ਕੌਣ ਠੱਲ ਪਾਉਂਦਾ। ਚੜ੍ਹਦੀ ਉਮਰ ਦੇ ਖਿਡਾਰੀ ਇਸ ਵੇਲੇ ਕੋਸ਼ਿਸ਼ ਕਰਦੇ ਹੈ ਗਰਾਊਂਡਾਂ ਦੇ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਦੀ, ਵਧੀਆ ਪ੍ਰਦਰਸ਼ਨ ਕਰਨ ਦੀ। ਲਓ ਦਾਰਾ
ਕਬੱਡੀ ਭਰ ਹੈ, ਕੱਲ ਦੇ ਵਿੱਚ ਗਾਨੀ ਹੈ ਅਥਰੀ। ਹੈਲੋ ਇੰਟਰਨੈਸ਼ਨਲ ਖਿਡਾਰੀ ਸਾਡੇ ਕੋਲ ਲਾਡੀ ਵਿਜੋਲਾ ਪਹੁੰਚਿਆ ਸੀ, ਉਹਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਉਹਦਾ ਵੀ ਸਨਮਾਨ ਕੀਤਾ ਜਾਊਗਾ। ਲਾਡੀ ਵਿਜੋਲਾ, ਲਾਡੀ ਵਿਜੋਲੇ ਵਾਲਾ ਜਿਸ ਨਾਓ ਜੀ ਨੇ ਪਾਕਿਸਤਾਨ ਦੀ ਧਰਤੀ ਤੇ ਮੋਟਰਸਾਈਕਲ ਜਿੱਤਿਆ, ਮੇਰੇ ਵੀਰੋ ਬੜੀ ਮਾਣ ਵਾਲੀ ਗੱਲ ਹੈ। ਉਸ ਖਿਡਾਰੀ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਣਾ, ਉਹ ਵੀ ਪੁੱਜ ਚੁੱਕਿਆ। ਬਹੁਤ ਬਹੁਤ ਧੰਨਵਾਦ। ਬਸੰਦਿਆਂ ਦੇ ਦਰਮਿਆਨ ਟੱਕਰ ਦੋਨੋਂ ਕਬੱਡੀ ਖਿਡਾਰੀਆਂ ਦਾ ਲੱਗਿਆ ਪਿਆ ਜ਼ੋਰ। ਇੱਥੇ ਪਤਾ ਦਾ ਛੰਨਾ ਮੂੰਹ ਨੂੰ ਲਾਉਂਦੇ ਨੇ, ਥਾਪੀ ਮਾਰ ਹਾਣੀਆਂ ਚ ਉਹੀ ਕਬੱਡੀ ਪਾਉਂਦੇ ਨੇ। ਖਾਧੇ ਜੀ ਨੇ ਮੰਗਲਾ, ਉਸੇ ਨੇ ਗੋਡੀਆਂ ਲਵਾਉਣੀਆਂ। ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਕਮਾਉਣੀਆਂ। ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਕਮਾਉਣੀਆਂ। ਖਾਧੀਆਂ ਖੁਰਾਕਾਂ ਦਾ ਹੈਲੋ ਰਾਮਾ, ਕਿੱਥੇ ਰਾਮਾ ਯਾਰ, ਗੱਡੀ ਲੈ ਕੇ ਆਵੇ ਰਾਮਾ, ਰਾਮੇ ਗੱਡੀ ਲੈ ਕੇ ਆਈ ਯਾਰ। ਖਾਧੀਆਂ ਖੁਰਾਕਾਂ ਦਾ ਕੀਤੀਆਂ ਮਿਹਨਤਾਂ ਦਾ ਮੁੱਲ ਪੈਂਦਾ ਇਹਨਾਂ ਕਬੱਡੀ ਦੇ ਮੈਦਾਨਾਂ ਵਿੱਚ। ਦਾ ਫੈਸਲਾ ਕੀ ਹੈ ਵੀ ਇਹ ਪੁਆਇੰਟ ਸੁਰ ਸਿੰਘ ਵਾਲੇ ਦਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਜਿੱਥੇ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਸੁਰ ਸਿੰਘ ਵਾਲੇ ਦੀ ਟੀਮ, ਮਾਝੇ ਦੀ ਟੀਮ, ਮਾਝੇ ਦੇ ਮਜਾਇਲ ਖਿਡਾਰੀ, ਮਾਝੇ ਦੇ ਖਿਡਾਰੀਆਂ ਨੂੰ ਮਜਾਇਲ ਦੇ ਤੌਰ ਤੇ ਜਾਣਾ ਜਾਂਦਾ ਹੈ। ਇੱਧਰ ਇਸ ਵੇਲੇ ਨੌਜਵਾਨ ਗੱਭਰੂ ਨੇ ਲਾ ਜਫਾ ਪੁਆਇੰਟ ਆਪਣੀ ਟੀਮ ਲਈ ਜੋੜ ਦਿੱਤਾ ਹੈ। ਦਾਰਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਇਹ ਮਾੜਾ ਖੇਡ ਕੇ ਹੀ ਖਿਡਾਰੀ ਹੁੰਦਾ ਤਕੜਾ, ਸਿੱਧਾ ਤਕੜਾ ਨਹੀਂ ਕੋਈ ਜੰਮਦਾ, ਜਿਹੜਾ ਰਾਤੋ ਰਾਤ ਬਣੂ ਫਿਰਸਟਾਰ, ਉਹ ਬੰਦਾ ਰਹਿੰਦਾ ਨਹੀਂ ਕਿਸੇ ਕੰਮ ਦਾ। ਲੀਲਾ ਵਾਲਾ ਮੋੜਾ ਗੱਲਾਂ ਸੱਚ ਲਿਖਦਾ, ਹੌਲੀ ਹੌਲੀ ਬੰਦਾ ਪੌੜੀ ਚੜ ਨਹੀਂ ਸਿੱਖਦਾ, ਹੌਲੀ ਹੌਲੀ ਮੰਜ਼ਲਾਂ ਤੈਅ ਕੀਤੀਆਂ ਜਾਂਦੀਆਂ ਨੇ। ਪਹਿਲਾਂ ਬਜਨੀ ਕਬੱਡੀ ਦੇ ਵਿੱਚ, ਫਿਰ ਓਪਨ ਦੇ ਵਿੱਚ, ਫਿਰ ਅਕੈਡਮੀਆਂ ਦੇ ਵਿੱਚ, ਫਿਰ ਕਿਤੇ ਜਾ ਕੇ ਵਿਦੇਸ਼ਾਂ ਦੀ ਸ਼ਹਿਰ ਹੁੰਦੀ ਹੈ ਕਿ ਨਾਲੇ ਯਾਰੋ ਸ਼ਹਿਰਾਂ ਨਾਲੇ ਐਸ਼ ਮਿੱਤਰੋ, ਮਿਲਦੇ ਜਹਾਜ਼ ਨਾਲੇ ਕੈਸ਼ ਮਿੱਤਰੋ। ਪਹਿਲਾਂ ਕਰਨੀ ਪੈਂਦੀ ਮਿਹਨਤ, ਫਿਰ ਹੀ ਮਿਲਦੀ ਆ ਸਰਦਾਰੀ। ਡਾਲਰਾਂ ਤੇ ਪੌਂਡਾਂ ਵਿੱਚ ਖੇਡਦੇ ਯਾਰੋ ਕਬੱਡੀ ਦੇ ਖਿਡਾਰੀ, ਜਿਹੜੇ ਕਹਿੰਦੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਖੇਡਦੇ ਉਹਨਾਂ ਨੂੰ ਡਾਲਰ ਮਿਲਦੇ ਆ, ਜਿਹੜੇ ਇੰਗਲੈਂਡ ਦੇ ਵਿੱਚ ਖੇਡਦੇ ਉਹਨਾਂ ਨੂੰ ਪਾਉਂਡ ਮਿਲਦੇ ਆ, ਜਿਹੜੇ ਯੂਰਪ ਦੇ ਵਿੱਚ ਖੇਡਦੇ ਉਹਨਾਂ ਨੂੰ ਯੂਰੋ ਮਿਲਦੇ ਆ, ਜਿਹੜੇ ਪੰਜਾਬ ਦੀ ਧਰਤੀ ਤੇ ਖੇਡਦੇ ਆ ਰੁਪਈਏ ਮਿਲਦੇ ਆ, ਮੋਟਰਸਾਈਕਲ ਮਿਲਦੇ ਆ, ਗੱਡੀਆਂ ਮਿਲਦੀਆਂ ਕਿ ਮੁੜੇ ਬੁਲਟ ਨਾਲੇ ਸਫਾਰੀ ਨਾਲ ਬੋਲੂ ਤੇਰਾ ਵਾਰੀ ਵਾਰੀ। ਜਿਹੜਾ ਕਹਿੰਦਾ ਸੱਚੀ ਗੱਲ ਵੀ ਮੁੰਡੇ ਆ ਛੱਡ ਨਸ਼ਿਆਂ ਦਾ ਖਹਿੜਾ, ਆ ਜਾ ਕਬੱਡੀ ਵੱਲ ਵੀ, ਆ ਜਾ ਕਬੱਡੀ ਵੱਲ ਵੀ, ਆ ਜਾ ਕਬੱਡੀ ਵੱਲ ਵੀ। ਜਿਹੜੇ ਕਬੱਡੀ ਵੱਲ ਆਏ ਆ ਉਹਨਾਂ ਦੀ ਬੱਲੇ ਬੱਲੇ ਆ, ਚਰਚੇ ਨੇ ਇਹਨਾਂ ਖਿਡਾਰੀਆਂ ਦੇ ਕਿ ਇਕੱਠੇ ਹੋਏ ਖਿਡਾਰੀ ਅੱਜ ਵੱਖ ਵੱਖ ਥਾਵਾਂ ਦੇ ਚਰਚੇ ਸੁਣੀ ਦੇ ਨੇ ਕਈਆਂ ਦੇ ਨਾਵਾਂ ਦੇ, ਚਰਚੇ ਸੁਣੀ ਦੇ ਨੇ ਕਈਆਂ ਦੇ ਨਾਵਾਂ ਦੇ, ਤੇ ਨਾਵਾਂ ਦੇ ਚਰਚੇ ਆ। ਅੱਜ ਉਹ ਵੀ ਖਿਡਾਰੀ ਇਸ ਕਬੱਡੀ ਟੂਰਨਾਮੈਂਟ ਦੇ ਪੁੱਜੇ ਆ, ਹਾਲ ਸਮਾਂ ਹੋ ਚੁੱਕਿਆ ਹੈ। ਬਿੱਟੂ ਬਿਹਾਰੀਪੁਰੀਆ ਸਾਡਾ ਵੀਰ, ਉਹ ਵੀ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜੇ। ਬਿੱਟੂ ਬਿਹਾਰੀਪੁਰੀਆ, ਬਿੱਟੂ ਕਿੱਥੇ ਆ ਓਏ, ਬਿੱਟੂ ਬਿਹਾਰੀਪੁਰੀਆ ਲਓ ਸਾਹਮਣੇ। ਇਸ ਵੇਲੇ ਨੌਜਵਾਨ ਨੇ ਕਬੱਡੀ ਪਾ ਦਿੱਤੀ ਹੈ, ਸਾਈਡਾਂ ਚੇਂਜ ਹੋ ਗਈਆਂ ਨੇ। ਇਧਰ ਸੜਕ ਵਾਲੀ ਸਾਈਡ ਸੁਰ ਸਿੰਘ ਵਾਲੀ ਟੀਮ ਜਿਹੜੀ, ਤੇ ਦੂਸਰੇ ਪਾਸੇ ਮੇਰੇ ਵੀਰੋ ਸੰਘ ਢੇਸੀਆਂ ਦੀ ਟੀਮ ਬਾਰੇ ਦੀ ਪਈ ਹੋਈ ਕਬੱਡੀ, ਤੇ ਸੁਰ ਸਿੰਘ ਵਾਲੇ ਦਾ ਜਾਫੀ ਲਾ ਤਕੜਾ ਜਫਾ ਆਪਣੀ ਟੀਮ ਦੇ ਹਿੱਸੇ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ। ਮਿੱਠੂ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਲਓ ਪਈ ਹੋਈ ਇਸ ਵੇਲੇ ਕਬੱਡੀ, ਉਧਰ ਤਿੰਨ ਜਾਫੀ ਤਿਆਰ ਨੇ ਸੰਘ ਢੇਸੀਆਂ ਦੇ, ਕਿਸ ਨੌਜਵਾਨ ਦੇ ਨਾਲ ਮੁਕਾਬਲਾ ਹੋਵੇਗਾ। ਅਗਲੇ ਮੈਚ ਦੀਆਂ ਦੋਨੋਂ ਟੀਮਾਂ ਜਿਹੜੀਆਂ ਤਿਆਰ ਰਹਿਣ। ਲਓ ਬੋਲਿਆ ਹੋਇਆ ਧਾਵਾ ਇਸ ਖਿਡਾਰੀ ਦਾ, ਤਿੰਨ ਜਾਫੀਆਂ ਵਿੱਚੋਂ ਕਿਹੜਾ ਜਾਫੀ ਲਾ ਪਾਊ ਜਫਾ ਗੱਲ ਸਮਝਦੀ ਹੈ। ਮੁਕਾਬਲਾ ਸਖ਼ਤ ਫੜਿਆ ਹੋਇਆ, ਗੁੱਟ ਛੜਾਇਆ, ਗੁੱਟ ਗੇਟਾ ਫੜਿਆ, ਲੱਕ ਨੂੰ ਲਪੇਟਾ ਮਾਰ ਲਿਆ। ਆਰ ਅਫੀਸ਼ਲ ਦਾ ਇਸ਼ਾਰਾ ਵੀ ਇਹ ਪੁਆਇੰਟ ਜਾਫੀ ਦੇ ਹਿੱਸੇ, ਸੰਘ ਢੇਸੀਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਢੇਸੀਆਂ ਵਾਲਾ ਨੌਜਵਾਨ ਫਿਰ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ। ਪਈ ਹੋਈ ਇਸ ਨੌਜਵਾਨ ਦੀ ਕਬੱਡੀ ਤੇ, ਵੇਖਦਾ ਵੀ ਨੌਜਵਾਨ ਕੋਈ ਢਾਕ ਮਾਰੇ, ਕੋਈ ਮਾਰੇ ਧੋਬੀ, ਕੋਈ ਭੱਜ ਕੇ ਪੱਟਾਂ ਨੂੰ ਆਮਦਾ ਏ।
ਡੇਢ ਦਿਨ ਦੀ ਲਿਖੀ ਹੋਈ ਗੱਲ ਵਾਕਈ ਕਬੱਡੀ ਦੇ ਮੈਦਾਨਾਂ ਵਿੱਚ ਢੁੱਕਦੀ ਹੈ। ਕੋਈ ਢਾਕ ਮਾਰੇ, ਕੋਈ ਮਾਰੇ ਧੋਬੀ, ਕੋਈ ਭੱਜ ਕੇ ਪੱਟਾਂ ਨੂੰ ਆਮਦਾ ਏ, ਕੋਈ ਭੱਜ ਕੇ ਪੱਟਾਂ ਨੂੰ ਆਮਦਾ ਏ। ਵੇਖੋ ਸਾਹਮਣੇ ਹੰਦਿਆਂ ਦੇ ਦਰਮਿਆਨ ਲਾ ਤਕੜਾ ਜੱਫਾ ਨੌਜੀ ਨੇ ਆਪਣੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਜੋੜਿਆ। ਡੀਪੀ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵੱਧ ਉੱਚਾ ਲੰਮਾ ਕੱਦ ਇਸ ਨੌਜੀ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਦਿੱਤੀ ਹੈ। ਉਧਰ ਤਿੰਨ ਜਾਫੀ ਸੰਘ ਢੇਸੀਆਂ ਵਾਲੇ ਤਿਆਰ ਹੈ। ਵੇਖਦਾ ਵੀ ਸਾਹਮਣੇ ਨੌਜਨ ਕਰਦਾ ਹੋਇਆ ਕੋਸ਼ਿਸ਼ ਤੇ ਪੁਆਇੰਟ ਦੀਪੀ ਨੌਜਨ ਆਪਣੀ ਟੀਮ ਲਈ ਜੋੜਦਾ ਹੋਇਆ ਤਾਂ ਦਾਰਾ ਫਿਰ ਕਬੱਡੀ ਪਾਉਣ ਦੇ ਲਈ ਫਿਰ ਮੈਦਾਨ ਦੇ ਵਿੱਚ ਵਾਧਾ ਹੋਇਆ। ਦਾਰੇ ਦੀ ਪਈ ਹੋਈ ਕਬੱਡੀ, ਚਾਰ ਜਾਫੀਆਂ ਵਿੱਚੋਂ ਫਿਰ ਨੌਜਨ ਦੀ ਕੀਤੀ ਹੋਈ ਕੋਸ਼ਿਸ਼, ਉੜਦੀ ਹੋਈ ਧੂੜ ਦਾ ਮੁਕਾਬਲਾ ਸਖ਼ਤ ਹੈ। ਇਸ ਵੇਲੇ ਲੱਗਿਆ ਪਿਆ ਜ਼ੋਰ, ਨੌਜਨ ਬਗਲਾ ਭਰਨ ਦੀ ਟਰਾਈ ਕਰ ਰਿਹਾ, ਪੁਸ਼ ਵੱਜ ਰਹੀ ਹੈ ਔਰ ਵੇਖਦਾ ਵੀ ਸਮਾਂ ਵੀ ਬੀਤਦਾ ਜਾ ਰਿਹਾ। ਨੌਜਨ ਨੇ ਬਹੁਤ ਤਕੜਾ ਜੱਫਾ ਲਾ ਕੇ ਆਪਣੀ ਟੀਮ ਦੇ ਹਿੱਸੇ ਲੱਖਾਂ ਜਿਹਾ ਪੁਆਇੰਟ ਜੋੜ ਦਿੱਤਾ। ਆ ਵੀ ਨੌਜਨ ਦਾ ਕਬੱਡੀ, ਸੁਰ ਸਿੰਘ ਵਾਲੇ ਦਾ ਨੌਜਨ ਅਗਲੀ ਕਬੱਡੀ ਪਾਉਣ ਹੋਇਆ। ਕੱਲ ਦੇ ਵਿੱਚ ਗਾਨੀ ਹੈ, ਤਿੰਨ ਜਾਫੀ ਤਿਆਰ ਨੇ, ਤਿੰਨਾਂ ਦੇ ਵਿੱਚੋਂ ਕਿਸ ਨੌਜਨ ਦੇ ਨਾਲ ਟੱਕਰ ਹੋਵੇਗੀ ਗੱਲ ਸਮੇਂ ਦੀ ਹੈ। ਲਓ ਸਾਹਮਣੇ ਨੌਜਨ ਗੱਭਰੂ ਦੀ ਕੀਤੀ ਹੋਈ ਕੋਸ਼ਿਸ਼, ਮੁਕਾਬਲਾ ਸਖ਼ਤ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ। ਔਰ ਵੇਖੋ ਸਾਹਮਣੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਇਆ, ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਫਿਰ ਨੌਜਨ ਨੇ ਖੇਡ ਮੈਦਾਨ ਦੇ ਵਿੱਚ ਪਾ ਦਿੱਤੀ ਹੈ। ਸੰਘ ਢੇਸੀਆਂ ਦੀ ਟੀਮ ਵੱਲੋਂ ਸੁਰ ਸਿੰਘ ਵਾਲੇ ਦੇ ਚੌਂ ਜਾਫੀਆਂ ਵਿੱਚੋਂ ਨੌਜਨ ਦੀ ਕੋਸ਼ਿਸ਼, ਪਰ ਅੰਪਾਇਰ ਦਾ ਸਾਰਾ ਵੀ ਇਹ ਪੁਆਇੰਟ ਨੇਕਾ, ਕਿਤੇ ਵੀ ਨੇਕਾ, ਨੇਕੇ ਤੋਂ ਸਟੇਜ ਤੇ ਮੜਿਆ। ਲਓ ਪਈ ਹੋਈ ਇਸ ਨੌਜਨ ਗੱਭਰੂ ਮਿੱਠੂ ਦੀ ਕਬੱਡੀ ਮੇਰੇ ਵੀਰੋ, ਸੁਰ ਸਿੰਘ ਵਾਲੇ ਦੀ ਟੀਮ ਵੱਲੋਂ। ਉਧਰ ਵੇਖੋ ਸਾਹਮਣੇ ਰੱਖਦਾ ਧੌਣ ਤੇ ਹੱਥ, ਪਰ ਪੁਆਇੰਟ ਧਾਵੀ ਦੇ ਹਿੱਸੇ ਐਡਜਸਟ ਹੁੰਦਾ ਹੈ। ਅਗਲੇ ਮੈਚ ਦੀਆਂ ਤਿਆਰ ਰਹਿਣ। ਇੱਧਰ ਨੌਜਨ ਸੰਘ ਢੇਸੀਆਂ ਵਾਲਾ ਕਬੱਡੀ ਪਾਉਣ ਦੇ ਲਈ ਬੰਦਾ ਹੋਇਆ, ਸਾਰੇ ਪੁੱਜੇ ਹੋਏ ਰੱਬ ਵਰਗੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਲਓ ਫਿਰ ਕੋਸ਼ੇ ਤੇ ਪੁਆਇੰਟ ਸੰਘ ਢੇਸੀਆਂ ਵਾਲੇ ਨੌਜਨ ਨੇ ਆਪਣੀ ਟੀਮ ਲਈ ਜੋੜਿਆ। ਡੀਪੀ ਫਿਰ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਵਾਧਾ ਹੋਇਆ। ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਲੱਗ ਗਈ ਪੂਰਾ ਇਤਾਨ। ਮਿੱਤਰੋ ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ, ਮਿੱਤਰੋ ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ, ਮਿੱਤਰੋ ਸ਼ਾਨ ਹੈ ਕਬੱਡੀ ਜਿੰਦ ਜਾਨ ਹੈ। ਲਓ ਵੇਖੋ ਸਾਹਮਣੇ ਫੜਿਆ ਹੋਇਆ ਗਿੱਟਾ, ਔਰ ਇਸ ਵੇਲੇ ਨੌਜਨ ਪੂਰੀ ਕੋਸ਼ਿਸ਼ ਕਰ ਰਿਹਾ ਧਾਵੀ ਆਪਣੇ ਆਪ ਨੂੰ ਛੁਡਾਉਣ ਦੀ ਤੇ ਜਾਫੀ ਆਪਣੀ ਪਕੜ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਲਓ ਸਖ਼ਤ ਮੁਕਾਬਲਾ ਹੈ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ। ਫੈਸਲਾ ਹੋ ਚੁੱਕਿਆ ਵੀ ਇਹ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਐਡਜਸਟ ਹੁੰਦਾ ਹੈ। ਕਾਲਾ ਸੰਗਿਆ ਤੇ ਭੇਟਾਂ, ਕਾਲਾ ਸੰਗਿਆ ਡੇਢ 75 ਕਿਲੋ, ਕਾਲਾ ਸੰਗਿਆ ਤੇ ਭੇਟਾ 75 ਕਿਲੋ ਦਾ ਮੈਚ ਖੇਡਿਆ ਜਾਣਾ ਹੈ। ਤੇ ਜਦੋਂ ਦਰਸ਼ਕ ਪਹਿਲਾਂ ਸੋਚਦੇ ਹੋਣਗੇ ਵੀ ਕਬੱਡੀ ਓਪਨ ਦਾ ਕਿਤੇ ਮੈਚ ਜਿਹੜਾ ਅਨਾਊਂਸ ਕਰ ਦਿੱਤਾ ਗਿਆ, ਮੈਚ ਬਹੁਤ ਤਕੜਾ ਖੇਡਿਆ ਜਾਵੇਗਾ। ਹਰ 75 ਕਿਲੋ ਦਾ ਮੈਚ ਖੇਡਿਆ ਜਾਣਾ ਹੈ ਕਾਲਾ ਸੰਗਿਆ ਤੇ ਭੇਟਾਂ ਦੀਆਂ ਟੀਮਾਂ ਦੇ ਦਰਮਿਆਨ। ਲਓ ਇਸ ਵੇਲੇ ਨੌਜਨ ਗੱਭਰੂ ਦੀ ਪਈ ਹੋਈ ਕਬੱਡੀ, ਤਿੰਨ ਜਾਫੀਆਂ ਵਿੱਚੋਂ ਵੇਖਦਾ ਵੀ ਸੰਘ ਢੇਸੀਆਂ ਵਾਲਾ ਕਿਹੜਾ ਗੱਭਰੂ। ਲਓ ਸਾਹਮਣੇ ਨੌਜਨ ਰੱਖਦਾ ਹੋਇਆ ਧੌਣ ਤੇ ਹੱਥ, ਮੁਕਾਬਲਾ ਸਖ਼ਤ ਹੈ। ਇਸ ਵੇਲੇ ਵੇਖੋ ਸਾਹਮਣੇ ਨਜ਼ਾਰਾ ਵੱਖਰਾ ਖੇਡ ਕਬੱਡੀ ਦਾ। ਨੌਜਨ ਹੰਦਿਆਂ ਦੇ ਦਰਮਿਆਨ ਫੜਿਆ ਹੋਇਆ ਲੱਕ, ਇੱਥੇ ਪਤਾ ਲੱਗਦਾ ਜ਼ੋਰ ਦਾ। ਇਸ ਲਈ ਜਾਫੀ ਦੇ ਹਿੱਸੇ ਐਡਜਸਟ ਹੋ ਚੁੱਕੇ ਪਾਵੀ ਨੌਜਨ ਅਗਲੀ ਕਬੱਡੀ 75 ਕਿਲੋ ਦੀਆਂ ਟੀਮਾਂ ਵੀ ਤਿਆਰ ਰਹਿਣ, ਭੇਟਾ ਤੇ ਕਾਲਾ ਸੰਘਿਆਂ ਦੀਆਂ ਟੀਮਾਂ ਦੇ ਦਰਮਿਆਨ ਮੈਚ ਖੇਡਿਆ ਜਾਣਾ ਹੈ। ਔਰ ਪੁਆਇੰਟ ਇਸ ਲਈ ਜਾਫੀ ਦਾ, ਸੁਰ ਸਿੰਘ ਵਾਲੇ ਦੀ ਟੀਮ ਦਾ। ਪਾਵੀ ਗੱਭਰੂ ਆ ਕਬੱਡੀ, ਸੁਰ ਸਿੰਘ ਵਾਲੇ ਦਾ ਨੌਜਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਵੀਰੋ, ਤੇ ਪੁਆਇੰਟ ਸੁਰ ਸਿੰਘ ਵਾਲੇ ਦਾ ਧਾਵੀ ਆਪਣੀ ਟੀਮ ਲਈ ਜੋੜਦਾ। ਮੈਚ ਸਮਾਪਤ ਹੈ ਇਸ ਮੈਚ ਦੇ ਵਿੱਚੋਂ। ਸੁਰ ਸਿੰਘ ਵਾਲੇ ਦੀ ਟੀਮ ਜੇਤੂ ਰਹੀ ਹੈ। ਅਗਲੀ ਗੱਲ ਸਾਡਾ ਵੀਰ ਬਿੱਟੂ ਬਿਆਲੀਪੁਰੀਆ, ਸੰਘ ਢੇਸੀਆਂ ਦੇ 10.5 ਪੁਆਇੰਟ ਤੇ ਸੁਰ ਸਿੰਘ ਵਾਲੇ ਦੇ 15। ਹੈਲੋ ਕਾਲਾ ਸੰਗਿਆ ਸੁਨਣਾ ਵੇਟ ਓਪਨ, ਕਾਲਾ ਸੰਗਿਆ ਸੁਨਣਾ ਵੇਟ ਓਪਨ, ਨੱਥੂ ਚਲਦ ਮੱਲੀਆਂ
ਲਾ ਖੇਡ ਦੇ ਮੈਦਾਨ ਵਿੱਚ ਇਸ ਸਮੇਂ ਬਹੁਤ ਵਧੀਆ ਮੁਕਾਬਲਾ ਜੋ ਸ਼ੁਰੂ ਹੋ ਜਾ ਰਿਹਾ ਹੈ। ਸਾਬੀ ਕਲੱਬ ਮੱਲੀਆ ਤੇ ਨੱਥੂ ਚਾਲ ਮਾਨੀ ਵੀਰ ਅਗਲਾ ਮੈਚ ਬੋਲਦੇ ਨਾਲ ਹੀ ਕਾਲਾ ਸੰਗਿਆਂ ਤੇ ਪੇਟਾਂ ਕਬੱਡੀ 75 ਕਿਲੋ ਕਾਲਾ ਸੰਗਿਆਂ ਤੇ ਸੰਡਣਾ ਵੇਟ ਓਪਨ ਪਹਿਲਾਂ 75 ਦਾ ਮੈਚ ਹੋਣਾ ਜੇ ਓਪਨ ਦਾ ਦੱਸ ਦਿਓ ਇੱਕ ਵਾਰੀ ਕਾਲਾ ਸੰਗਿਆਂ ਤੇ ਪੇਟਾਂ ਦਾ 75 ਕਿਲੋ ਦਾ ਇਹ ਮੁਕਾਬਲਾ ਹੋਵੇਗਾ ਨਾਲ ਹੀ ਸੁਰੜਾ ਤੇ ਕਾਲਾ ਸੰਗਿਆ ਕਬੱਡੀ ਓਪਨ ਇਹ ਵੀ ਤਿਆਰ ਹੋ ਜਾਣਾ ਉਹ ਗਿੰਦਾ ਚਾਚਾ ਕਿੱਥੇ ਆ ਛੇਤੀ ਆਈ ਸਟੇਜ ਤੇ ਲਾ ਖੇਡ ਦੇ ਮੈਦਾਨ ਵਿੱਚ ਇਸ ਬਹੁਤ ਤਕੜੇ ਮੁਕਾਬਲੇ ਦੀ ਸ਼ੁਰੂਆਤ ਹੋ ਜਾ ਰਹੀ ਹੈ ਮੇਰੇ ਤੋਂ ਸੱਜੇ ਪਾਸੇ ਸਾਬੀ ਦੇ ਨਾਮ ਤੇ ਬਣੀ ਹੋਈ ਕਲੱਬ ਮੱਲੀਆ ਤੇ ਖੱਬੇ ਪਾਸੇ ਟੀਮ ਜਿਹੜੀ ਹੈ ਨੱਥੂ ਚਾਲ ਬਹੁਤ ਤਕੜੇ ਮੁਕਾਬਲੇ ਦੀ ਸ਼ੁਰੂਆਤ ਹੋ ਜਾ ਰਹੀ ਹੈ ਇਸ ਸਮੇਂ ਦੋਨੋਂ ਟੀਮਾਂ ਦੇ ਦਰਮਿਆਨ ਲਾ ਖੇਡਣ ਮੁੰਡੇ ਕੌਡੀਆਂ ਪਾ ਲਸ਼ ਲਸ਼ ਕਰਨ ਸਰੀਰ ਇਹਨਾਂ ਦੇ ਰੱਖਣ ਰਹਿਮਤਾ ਗੁਰੂ ਨਾਨਕ ਜਿਹੇ ਫਕੀਰ ਇਹ ਪਤਨੇ ਉਸ ਪੰਜਾਬ ਦੇ ਜਿਹਦੇ ਵਿੱਚ ਜਮੀ ਹੀਰ ਜਿੱਥੇ ਗੱਲ ਸੋਹਣੀ ਦੇ ਇਸ਼ਕ ਕਰੇ ਚਨਾ ਦਾ ਨੀਰ ਸਾਧ ਐਟਮ ਸਰਬਨ ਫਿੱਡੂ ਜੇ ਕਰਕੇ ਕੌਡੀ ਦੀ ਅਖੀਰ ਇਹ ਵਾਸ ਨੇ ਹਰਜੀਤ ਬਰਾੜ ਦੇ ਜਿਹਨੂੰ ਮੰਨਣ ਪੰਜਾਬੀ ਪੀਰ ਇਹ ਇੰਗਲੈਂਡ ਕੈਨੇਡਾ ਵਿੱਚ ਬੁੱਕਦੇ ਗਏ ਸਾਗਰਾਂ ਦੇ ਤੇ ਚੀਰ ਲਾ ਖੇਡਣ ਮੁੰਡੇ ਕੌਡੀਆਂ ਪਹਿਲਾਂ ਸ਼ਰਸ਼ ਕਰਨ ਸਰੀਰ ਮਲੀਆਂ ਦੇ ਸਾਬੀ ਦਾ ਕਹਿੰਦੇ ਵੀ ਛੋਟਾ ਵੀਰ ਸਰਦਾਰ ਸਤਨਾਮ ਸਿੰਘ ਦਾ ਪੁੱਤਰ ਲਾ ਯੋਧਾ ਮਲੀਆਂ ਵਾਲੇ ਕਬੱਡੀ ਪਾ ਰਿਹਾ ਤੇ ਦੂਸਰੇ ਪਾਸੇ ਤਾਂ ਕਿਤੇ ਵੀ ਸੁੱਖਾ ਨਾਨਵਨ ਹੈ ਨੱਥੂ ਚਾਲ ਦੀ ਟੀਮ ਦੇ ਵੱਲੋਂ ਫਿਰ ਤਾਂ ਕਿਤੇ ਵੀ ਸਿੱਖ ਸਰਦਾਰ ਨਾਨਵਨ ਦੀ ਕਬੱਡੀ ਲਾ ਮਨੀ ਨਾਵਾ ਨਾਨਵਨ ਦਾ ਚਾਰ ਜਾਫੀਆਂ ਦੇ ਉੱਤੇ ਇਸ ਵੀ ਬੋਲਦਾ ਹੈ ਤਾਵਾ ਮਿੰਟੂ ਵਰਗੇ ਆਰ ਰਾਜੇ ਵਰਗਿਆਂ ਦੀ ਤੇ ਸੁੱਖੇ ਵਰਗਿਆਂ ਦੀ ਚੈਨ ਉੱਤੇ ਇਸ ਵੀ ਬੋਲਿਆ ਹੈ ਤਾਵਾ ਲਾ ਮਨੀ ਦੀ ਕਬੱਡੀ ਤੇ ਸੁੱਖਾ ਨਾਨਵਨ ਡੱਕ ਪਾਉਣ ਦੀ ਪੂਰੀ ਕਰਦਾ ਹੈ ਕੋਸ਼ਿਸ਼ ਆਰ ਬਿਹਤਰੀਨ ਦਫਾ ਲਾ ਕੇ ਨੰਬਰ ਜੋੜਦਾ ਆਪਣੀ ਟੀਮ ਦੇ ਵਾਸਤੇ ਚੱਲ ਵੀ ਬਾਬੇ ਨਾਨਵਨ ਨੇ ਪਾ ਗਈ ਕਬੱਡੀ ਕਾਲਾ ਸਿੰਘਾਂ ਪੇਟਾਂ 75 ਕਿਲੋ ਮੈਚ ਦੀਆਂ ਟੀਮਾਂ ਗਰਾਊਂਡ ਵਿੱਚ ਆ ਜਾਣਾ ਆਰ ਗਰਾਊਂਡ ਵਿੱਚ ਇਸ ਸਮੇਂ ਬਾਬੇ ਦੀ ਕਬੱਡੀ ਤੇ ਗੁਰਜੀਤ ਸਿੰਘ ਜਨੂਏ ਵਰਗੇ ਆਰ ਸੁੱਖੇ ਵਰਗੇ ਦੀ ਚੈਨ ਹੈ ਨਾਨਵਨ ਨੱਥੂ ਚਾਲ ਦੇ ਵੱਲੋਂ ਇਹ ਖੇਡ ਦੇ ਗੱਭਰੂ ਚਾਰ ਜਾਫੀਆਂ ਦੇ ਝੋਕਾ ਹਲਕੇ ਦਾ ਟੱਚ ਤੇ ਮੁੰਡੇ ਨੇ ਨੰਬਰ ਜੋੜ ਦਿੱਤਾ ਹੈ ਆਪਣੀ ਟੀਮ ਦੇ ਵਾਸਤੇ ਅਗਲੀ ਕਬੱਡੀ ਪੂਰਾ ਨਾਮ ਹੈ ਨਾਨਵਨ ਦਾ ਨੱਥੂ ਚਾਲ ਦੀ ਟੀਮ ਦੇ ਵੱਲੋਂ ਉੱਚਾ ਲਾਮਾ ਲਾ 75 ਕਿਲੋ ਪੇਟਾਂ ਦੀ ਟੀਮ ਦੇ ਖਿਡਾਰੀ ਜਿਹੜੇ ਪੁੱਜ ਚੁੱਕੇ ਆ ਤੇ ਕਾਲੇ ਸਿੰਘਾਂ ਦੀ ਟੀਮ ਦੇ ਖਿਡਾਰੀਆਂ ਨੂੰ ਬੇਨਤੀ ਆ ਵੀ ਆ ਰਹੇ ਗਰਾਊਂਡ ਦੇ ਵਿੱਚ ਇੱਧਰ ਪੈਂਦੀ ਹੈ ਕਬੱਡੀ ਤੇ ਆ ਸੁੱਖਾ ਨਾਨਵਨ ਫਿਰ ਦੂਸਰਾ ਜਾਫਾ ਆਪਣੀ ਟੀਮ ਦੇ ਨੂੰ ਲਾਉਂਦਾ ਹੈ ਤੇ ਨੰਬਰ ਜੋੜਦਾ ਆਪਣੀ ਟੀਮ ਦੇ ਵਾਸਤੇ ਨੰਬਰ ਬਿਹਤਰੀਨ ਜਾਫੀ ਦਾ ਚੱਲ ਵੀ ਯੋਧੇ ਪਾ ਕਬੱਡੀ ਗਰਾਊਂਡ ਵਿੱਚ ਯੋਧੇ ਦੀ ਕਬੱਡੀ ਆ ਮੱਲੀਆਂ ਦੀ ਟੀਮ ਦੇ ਵੱਲੋਂ ਕਿ ਮੁੱਢ ਬੰਨਿਆ ਬਾਬਿਆਂ ਨੇ ਪਲੇਠੇ ਪੁੱਤ ਬੜੇ ਮਹਾਨ ਹੋਏ ਕਿਰਪਾਲ ਸਾਧ ਬਿੱਲੂ ਐਟਮ ਟਾਈਗਰ ਅਜਿਤ ਜੋਧੇ ਰਾਣਾ ਵੰਝ ਤੇ ਫਿੱਡੂ ਸੁਲਤਾਨ ਹੋਏ ਕਾਲਾ ਕੋਲੀਆ ਤੇ ਜਿੰਦਰ ਸੀ ਜਦੋਂ ਜੰਮੇ ਪੂਰੇ ਮਾਪਿਆਂ ਦੇ ਸੀ ਉਦੋਂ ਅਰਮਾਨ ਹੋਏ ਹਰਜੀਤ ਬਰਾੜ ਸੁੱਠਿਆ ਇੰਜ ਲੋਕੋ ਜਿਵੇਂ ਉੱਠਦਾ ਕੋਈ ਤੂਫਾਨ ਕਬੱਡੀ ਜਾਈ ਹੈ ਧਰਤ ਪੰਜਾਬ ਦੀ ਜਿਹਨੂੰ ਸ਼ੇਰ ਜਵਾਨ ਖੇਡਦੇ ਹੋਏ ਮੈਦਾਨ ਵਿੱਚ ਗੋਲੂ ਨਾਨਵਨ ਨੱਥੂ ਚਾਲ ਦੀ ਟੀਮ ਦੇ ਵੱਲੋਂ ਕਬੱਡੀ ਪਾਉਣ ਦੇ ਵਾਸਤੇ ਵਧਿਆ ਲਾ ਜੱਸੀ ਵਰਗੇ ਆਰ ਮਿੰਟੂ ਵਰਗੇ ਕੌਣ ਜਾਫਾ ਲਾਵੇਗਾ ਕੌਣ ਬੱਲੇ ਬੱਲੇ ਕਰਾਉਂਦਾ ਮੈਦਾਨ ਵਿੱਚ ਤੱਕਦੇ ਆ ਲਾ ਗੱਟਾ ਫਿਰਿਆ ਨਾਨਵਨ ਨੇ ਹੁਣ ਲੱਕ ਫਿਰਿਆ ਹੁਣ ਕੈਂਚੀ ਲਾ ਦਿੱਤੀ ਆ ਕਿ ਕਿੱਦਾਂ ਰੇਡ ਪੈਂਦੀ ਹੈ ਫਲਾ ਕੇ ਬਹਤਾਈ ਲੋਕੋ ਕਿਹੜਾ ਚਤਰਾਈ ਨਾਲ ਟੱਚ ਲਾ ਕੇ ਹੰਦਿਆਂ ਤੱਕ ਕਿਹਦੀ ਬਾਜ ਕਿੱਦਾਂ ਦੀ ਕਿਹਦੀ ਭਾਜ ਕਿੱਦਾਂ ਦੀ ਕਿਹੜਾ ਸਿੱਧਾ ਜਾਫੀ ਦੀ ਹੈ ਹਿੱਕ ਵਿੱਚ ਵੱਜਦਾ ਮੇਰੇ ਕਿਵੇਂ ਖੜਦਾ ਹੈ ਚੀਨ ਦੀ ਦੀਵਾਰ ਵਾਂਗੂ ਮਾਰ ਮਾਰ ਧਾਰਾ ਹੈ ਕਿਵੇਂ ਕੋਈ ਅੱਗ ਕੱਢਦਾ ਕਿੱਦਾਂ ਗੁੱਟ ਫੜ ਹੁੰਦਾ ਕਿੱਦਾਂ ਕੈਂਚੀ ਅਰੋ ਲੱਗਦੀ ਕਿੱਦਾਂ ਬੰਦਾ ਭੱਜ ਭੱਜ ਬੰਦੇ ਵਿੱਚ ਵੱਜਦਾ ਉਤਾਰ ਕੇ ਪੜੇ ਆਉਣਾ ਪੈਂਦਾ ਹੈ ਕਬੱਡੀ ਦੇ ਮੈਦਾਨ ਵਿੱਚ ਤੇ ਸਭ ਕਾਸੇ ਦਾ ਹੈ ਫੇਰ ਪਤਾ ਲੱਗਦਾ
फिर पता लगता दावे चाहता आ कबड्डी के गुरजीत जंडूआ करता कोशिश है। मेजर नत्थू चाल वालों गुरजीत जंडूआ जिन्हें जो फैलावे गए उन्हें सौ दिते जाएंगे हर नंबर से 100 रुपये का मान सम्मान जो किया जाएगा। गुरजीत जंडूआ नत्थू चाल के हर जफे का 100 रुपया आर इधर पूरे की कबड्डी से आप जकते भी सुखा नारवान तकड़ा जाफा लाने की ट्राई करता है। एवनी हरदेव सिंह गिल आस्ट्रेलिया वाले ने गिलों के खेल मैदान मोटरसाइकिल दिता इस नौजवान को बुलट मोटरसाइकिल के मान सम्मान। अगली कबड्डी आर आधे साल गिलों के कबड्डी कप आस्ट्रेलिया वालों शामा जी चिट्टी तो जसपाल सिंह राणा बनवालीपुर अंतरराष्ट्रीय कोचा का 11,000 के गुरजों के मान सम्मान किया जाएगा। हरदेव सिंह गिल आस्ट्रेलिया वालों जो गिलों के बहुत वाला कबड्डी का महाकुंभ कराते हैं। इधर कबड्डी योधे की है तो सुखा फिर ट्राई कर रहा है डक बन दे नत्थू चाल के वालों नहीं जाफा लगा तो नंबर फिर इधर का आ भी नौजवान मनीष आपा कबड्डी का मनीष सिख सरदार इस वे अगली कबड्डी पाने वास्ते फिर वध्या बोल दिता धावा नौजवान का चार जाफी ने तैयार बर तैयार और अंतरराष्ट्रीय कबड्डी खिलाड़ी साढ़े भी लाडी विजोड़ा जो साढ़े दरम्यान पुजे उन्होंने बहुत बहुत धन्यवाद है। काले संघा की टीम 75 किलो ग्राउंड के चारवे 75 किलो काला संघिया बलजिंदर सिंह नौजवान इस समय कबड्डी पाने लिए वधा है। बेनती है काले संघा की टीम जी 75 किलो ग्राउंड के चारवे पेटा की टीम जी पहुंच चुकी है। ला पूरा नाम इस नौजवान का जिन्हें अगली कबड्डी खेल के मैदान पाई हुई है। चार जाफिया के चौकान जफे लावेगा इस समय के नाल आप धक्के हैं भी पहली हुई कबड्डी से आ मिंटू के नाल हल्के का टच हो गया तो डबल टच का इशारा साढ़े गुरदीप सिंह जी कोच अठारी वाले की रजी हुई बिसल तो तावी चल भी विकी से आप कबड्डी इस समय पहली हुई कबड्डी खेल के मैदान हैलो आर गुरजीत जंडूए का जाफा अंतरराष्ट्रीय पद का है खिलाड़ी ला मेजर सिंह जी नत्थू चाल वालों हर जफे का 100 रुपया गुरजीत जंडूए काला संघिया ते नंद मानक दे टोकने जी काला संघिया ते नंद मानक हाँ भी नल मानक के निपे नूं बेनती है भी अपनी टीम लाके खेल के मैदान च आ जावे ते काले संघिया के ताजे नूं बेनती है भी अपनी टीम लाके ग्राउंड च आ जावे। नल मानक का बहुत तगड़ा मैच आप दकना खेल के मैदान में ओपन का होगा और इधर आपका सामने दकते भी योधे की कबड्डी है योधा मलियां वाला आ विच मैदान के वरदे जदे कौडी कौडी करते बा एक दूजे की फरदे ये कम तकड़े जेरिया का मां पंजाब ने चार पुत तेरिया का आ इसमें फिर खेल के मैदान पूरे नौजवान की पी हुई कबड्डी है। चढ़ी जवानी मुछ फुटी अखलाल गबरू दी वांग कलैरी मोरा वर्गी चाल गबरू दी मेहनत करके बन शरीर कहा सच सियाणियां दा ते डाला हथ नहीं आंदा मां दे मखनी खाणियां दा बे डाला हथ नहीं आंदा मखनी खाणियां दा। बलजिंदर सिंह नौजवान इस समय चढ़ी दी वरेस दा है खिलाड़ी पादा है अगली कबड्डी बल नौ तो सुनना बल नौ तो सुनना काला सिंह दा नन मालक भाई 5 मिनट जायो ओपन बल नौ सुनना काला सिंह नंद मालक मैच एक होर नंबर साबी क्लब मलिया के वास्ते नौजवान ने जोड़ दिता है। पाली मनी कबड्डी फिर मैदान आ सामने आप देखते हैं भी चार जाफी मलिया की टीम दे पूरी तैयारी के सुरताज कबड्डी चार साढ़े कुलदीप सिंह जी गोसर अपने साथी ने बजे हुए हैं जो गोसलों में आप वाला खेड मेला कराते हैं। बहुत बहुत धन्यवाद है जिन्होंने अमेरिका की धरती से वसया है। बहुत बहुत धन्यवाद दिते सरदार सतनाम सिंह जी दुबई वाले का जिन्होंने वाला खेड मेला कराया अपने पिंड भी और इधर आप सामने देखते भी एक होर बंदा रेडर के वास्ते है बहुत ही कबड्डी है ग्राउंड पी हुई पूरे को कौन जाफा लाऊगा इस समा दसूगा समय दात हो क्योंकि समा बड़ा बलवान समय की कदर करो ये चलता तो रफ्तार समय की नब्ज फड़ो समय नाल किते चंगे लगते हैं कम सब जेड़े खुंझ गलती नाल समय तो वह दें दोष रब
ਮਾੜਾ ਸਮਾਂ ਨਾ ਆਵੇ ਕਿਸੇ ਤੇ, ਕਰੇ ਦੁਆਵਾਂ ਸੱਚੀਆਂ, ਸਮਾਂ ਕਰੇ ਬਰਬਾਦ ਬੰਦੇ ਨੂੰ, ਸਮਾਂ ਦੇਵੇ ਤਰੱਕੀਆਂ, ਕਦੇ ਹਸਾਉਂਦਾ ਕਦੇ ਰਵਾਉਂਦਾ, ਫੇਰ ਸਮੇਂ ਦਾ ਸਮਝ ਨਹੀਂ ਆਉਂਦਾ, ਰਾਜੇ ਖੇਲੇ ਤੁਰਨਾ ਪੈਂਦਾ, ਅੰਤ ਸਮਾਜ ਅਸਰ ਤੇ ਆਉਂਦਾ। ਬਲ ਕੁਨ ਬਲ ਨਾ ਤੋ ਸੁਣਨਾ ਔਰ ਸੁਣਨਾ ਪਾਜੀ ਛੇਤੀ ਆ ਜਾਓ। ਬਲ ਨਾ ਤੇ ਸੁਣਨਾ ਦੀਆਂ ਟੀਮਾਂ ਵੀ ਗਰਾਊਂਡ ਵਿੱਚ ਆ ਜਾਣਾ। ਨਲ ਮਾਨਕ ਤੇ ਕਾਲਾ ਸਿੰਘਾਂ ਕਬੱਡੀ ਓਪਨ ਪਹਿਲਾ ਮੈਚ ਹੋਵੇਗਾ, ਦੂਜਾ ਬਲਨਾ ਤੋਂ ਸੁਣਨਾ। ਸਰਦਾਰ ਇੰਦਰਜੀਤ ਸਿੰਘ ਜੀ ਬਾਜਵਾ ਮੈਂਬਰ ਬਲਾਕ ਸਮਿਤੀ ਜੋ ਸਾਡੇ ਦਰਮਿਆਨ ਪੁੱਜੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਇੰਦਰਜੀਤ ਸਿੰਘ ਬਾਜਵਾ ਮੰਨਣ ਦੋਨਾਂ ਤੋਂ, ਸੋ ਉਹਨਾਂ ਦੇ ਉੱਥੇ ਪੁੱਜਣ ਦੇ ਬਹੁਤ ਬਹੁਤ ਧੰਨਵਾਦ। ਲੱਖੀ ਤਾਪ ਜੀ ਪੁੱਜੇ ਆ ਆਪਣੇ ਸਾਥੀਆਂ ਦੇ ਨਾਲ, ਬਹੁਤ ਬਹੁਤ ਧੰਨਵਾਦ। ਅਸ਼ਵਨੀ ਟੇਲਰ ਕਹਿੰਦੇ ਵੀ ਵੱਡਾ ਕਾਰੋਬਾਰ ਹੈ ਸਿਧਵਾ ਦੋਨਾਂ ਦੇ ਵਿੱਚ, ਬਹੁਤ ਬਹੁਤ ਧੰਨਵਾਦ ਆਪਾਂ ਉਹਨਾਂ ਦਾ ਵੀ ਕਰਾਂਗੇ। ਆਰ ਇੱਧਰ ਕਬੱਡੀ ਫਿਰ ਯੋਧੇ ਦੀ ਪੈਂਦੀ ਹੈ, ਗੁਰਜੀਤ ਜੰਡੂਆ ਜਿੰਨੇ ਰਹੇ ਨੇ ਸਥਾਨ ਦਿੱਤੇ ਜਾਣਗੇ। ਆ ਬੜਕਦੇ ਵੀ ਹੈਪੀ ਪੰਡਿਤ ਦੀ ਵਰਦੀ ਹੋਈ ਬਿਸਲ ਹੈ, ਤੇ ਨੰਬਰ ਜਾਫੀ ਦੇ ਵਾਸਤੇ ਹੈ। ਆ ਸਾਡੇ ਕੋਚ ਸਰਦਾਰ ਕੁਲਵਿੰਦਰ ਸਿੰਘ ਮੱਲੀ, ਚੜ੍ਹਦੀ ਕਲਾ ਕਬੱਡੀ ਅਕੈਡਮੀ ਜਲੰਧਰ ਨੂੰ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ। ਔਰ ਇਸ ਸਮੇਂ ਖੇਡ ਦੇ ਮੈਦਾਨ ਵਿੱਚ ਫਿਰ ਬੋਲਿਆ ਹਤਾਵਾ ਨੌਜਵਾਨ ਦਾ, ਤੇ ਸੁੱਖਾ ਤਕੜੇ ਦੇ ਫੇਲ ਆ ਰਿਹਾ ਆਪਣੀ ਟੀਮ ਦੇ ਵਾਸਤੇ। ਮੈਚ ਦੀ ਸਮਾਪਤੀ ਹੋ ਚੁੱਕੀ ਹੈ ਬਈ, ਕਾਲੇ ਸਿੰਘਾਂ ਦੀ ਟੀਮ ਹੈ। ਮੱਲ ਆ ਜਾਓ ਗਰਾਊਂਡ ਦੇ ਵਿੱਚ ਭੱਜ ਗਏ। ਹੈਲੋ, ਇਸ ਮੈਚ ਬਲ ਨਾ ਤੋਂ ਸੁਣਨਾ ਭਾਜੀ ਛੇਤੀ ਆਇਆ। ਨੱਥੂ ਚਾਲ ਦੇ 9 ਨੰਬਰ, ਮੱਲੀਆਂ ਦੇ 15 ਨੰਬਰ, ਮੱਲੀਆਂ ਜੇਤੂਆ ਦੀ ਤਾੜੀਆਂ ਮਾਰ ਦਿਓ। ਮੱਲੀਆਂ ਦੀ ਟੀਮ ਜੇਤੂ ਰਹੀ ਹੈ। ਬਲ ਨਾ ਤੇ ਸੁਣਨਾ ਦਾ ਪਹਿਲਾ ਮੈਚ ਹੋਵੇਗਾ, ਕਿਉਂਕਿ ਕਾਲੇ ਸਿੰਘਾਂ ਨੇ 75 ਕਿਲੋ ਖੇਡਣਾ, ਉਸ ਤੋਂ ਬਾਅਦ ਓਪਨ ਦਾ ਮੈਚ ਹੋਵੇਗਾ ਇਹਨਾਂ ਦਾ। ਸੋ ਬਲ ਨਾ ਤੇ ਸੁਣਨਾ ਇਹ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆ ਜਾਣ ਤਿਆਰ ਹੋ ਕੇ। ਹਾਂ, ਸਾਡਾ ਵੀ ਗਿੰਦਾ ਕਬੱਡੀ ਖਿਡਾਰੀ ਬੇਟਾ ਜਿਹਨਾਂ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਹੈ, ਔਰ ਬੇਨਤੀ ਕੀਤੀ ਜਾ ਰਹੀ ਹੈ ਵੀ ਸੋਨੂੰ ਕਿਸ਼ਨਾ ਸਾਡਾ ਵੀਰ ਹੈ, ਜਿੱਥੇ ਵੀ ਆਵਾਜ਼ ਸੁਣਦਾ ਹਰੇਕ ਗਰਾਊਂਡ ਦੇ ਵਿੱਚ ਆ ਜਾਵੇ। ਸੋਨੂੰ ਕਿਸ਼ਨਾ ਬੇਟਾ ਦੀ ਟੀਮ ਦਾ ਇਹ ਨੌਜਵਾਨ ਹਾਂ ਵੀ ਕਲੀ ਵਾਲੇ ਵੀਰ ਨੂੰ ਬੇਨਤੀ ਬੇਨਤੀ ਹੈ ਕਿ ਇੱਕ ਵਾਰੀ ਕਲੀ ਜਿਹੜੀ ਪਾ ਦਿੱਤੀ ਜਾਵੇ ਗਰਾਊਂਡ ਦੇ ਵਿੱਚ, ਬੜਾ ਧੰਨਵਾਦ ਹੋਏਗਾ ਉਸ ਵੀਰ ਦਾ। ਲਾ 75 ਕਿਲੋ ਭਾਰ ਦਾ ਆ ਪਹਿਲਾ ਮੈਚ ਸ਼ੁਰੂ ਹੋ ਜਾ ਰਿਹਾ ਹੈ। ਇੱਕ ਪਾਸੇ ਟੀਮ ਜਿਹੜੀ ਆ ਉਹ ਕਾਲਾ ਸਿੰਘਾਂ ਦੀ ਟੀਮ ਹੈ, ਪ੍ਰਸਿੱਧ ਖਿਡਾਰੀਆਂ ਦਾ ਪਿੰਡ ਹੈ, ਦੂਸਰੇ ਪਾਸੇ ਪੇਟਾ ਮੇਜ਼ਬਾਨ ਟੀਮ ਹੈ। ਔਰ ਇਸ ਸਮੇਂ ਬਹੁਤ ਤਕੜਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਹੈ। ਆਸਦਾਰ ਬਲਵੰਤ ਸਿੰਘ ਜੀ ਸੰਗੇੜਾ, ਮਹਾਨ ਕਬੱਡੀ ਖਿਡਾਰੀ ਲੱਕੀ ਕੁਰਾਲੀ ਦੇ ਸਰਕਾਰ ਦੇ ਪਿਤਾ ਜੀ ਵੀ ਸਾਡੇ ਕੋਲ ਪੁੱਜੇ ਹੈ, ਸੋ ਆਪਾਂ ਉਹਨਾਂ ਦਾ ਵੀ ਧੰਨਵਾਦ ਹੈ। ਸਰਦਾਰ ਹਰਵਿੰਦਰਪਾਲ ਸਿੰਘ ਨਸੀਰਪੁਰ ਤੋਂ ਸਾਡੇ ਦਰਮਿਆਨ ਪੁੱਜੇ ਆ, ਉਹਨਾਂ ਦਾ ਵੀ ਧੰਨਵਾਦ ਹੈ। ਸਰਦਾਰ ਕੁਲਦੀਪ ਸਿੰਘ ਜੀ ਗੋਸਲ, ਉਹ ਵੀ ਸਾਡੇ ਦਰਮਿਆਨ ਪੁੱਜੇ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਜਿਹਨੇ ਵੀ ਇਸ ਇਲਾਕੇ ਦੇ ਪੰਚ ਸਰਪੰਚ ਤੇ ਨਾਨੀ ਸੁਸ਼ੀਤਾ ਬੰਚੀ ਆ, ਧੰਨਵਾਦ ਹੈ। ਲੱਖੀ ਤਾਪ ਉਹਨਾਂ ਦਾ, ਸਮੁੱਚੇ ਸਾਥੀਆਂ ਦਾ ਧੰਨਵਾਦ ਆ। ਆਰ ਇੱਧਰ ਕਬੱਡੀ ਦੇ ਮੈਦਾਨ ਵਿੱਚ ਮੇਰੇ ਤੋਂ ਖੱਬੇ ਪਾਸੇ ਟੀਮ ਜੋ ਚਲੀ ਗਈ ਹੈ, ਇਹ ਟੀਮ ਪੇਟਾ ਦੀ ਟੀਮ ਹੈ, ਤੇ ਮੇਰੇ ਤੋਂ ਸਜੇ ਹੱਥ ਜਿਹੜੀ ਟੀਮ ਚਲੀ ਗਈ ਇਹ ਕਾਲੇ ਸਿੰਘਾਂ ਦੀ ਟੀਮ ਹੈ। ਹੈਲੋ, ਆ ਭਾਜੀ ਜਿਹੜਾ ਨੱਥੂ ਚੱਲਦਾ ਮੱਲੀਆਂ ਦਾ ਰਿਐਕਸ਼ਨ ਹੋਇਆ ਇਹਨਾਂ ਦਾ, ਮੱਲੀਆਂ ਵਾਲੇ ਰਿਐਕਸ਼ਨ ਲਿਆਣ ਦੋ 5 ਮਿੰਟ ਭਾਜੀ ਸਾਡੇ ਕੋਲ ਆਜੋ। ਮੱਲੀਆਂ ਵਾਲੇ ਲਾ ਇਸ ਸਮੇਂ ਪਹਿਲੀ ਕਬੱਡੀ ਟੱਕਣ ਜਾ ਰਿਹਾ ਵੀ ਕਿਸ ਟੀਮ ਦੇ ਵੱਲੋਂ ਪਾਈ ਜਾਵੇਗੀ। ਔਰ ਦੋਨੋਂ ਟੀਮਾਂ ਦੇ ਨਾਲ ਪਹਿਲੀ ਕਬੱਡੀ 75 ਕਿਲੋ ਦਾ ਫਾਈਨਲ ਮੁਕਾਬਲਾ, ਤਾੜੀਆਂ ਮਾਰਦੇ ਧਰੀ ਜ਼ੋਰਦਾਰ। ਲਾ ਪਹਿਲੀ ਕਬੱਡੀ ਸੋਨੂੰ ਕਿਸ਼ਨਾ, ਧਰਤੀ ਮਾਂ ਨੂੰ ਮੱਥਾ ਟੇਕ ਕੇ ਨੌਜਵਾਨ ਦੀ ਇਸ ਸਮੇਂ ਪਾਈ ਹੋਈ ਕਬੱਡੀ ਹੈ, ਤੇ 4 ਜਾਫੀ ਤਿਆਰ ਵਰ ਤਿਆਰ ਨੇ। ਕੌਣ ਜਾਫਾ ਲਾਊਗਾ ਇਸ ਨੌਜਵਾਨ ਨੂੰ ਪਾਈ ਹੋਈ ਕਬੱਡੀ ਤੇ? ਕਾਲੇ ਸਿੰਘਾਂ ਦੇ ਤਾਜੇ ਦਾ ਹਵੀਰ ਕਰਦਾ ਹੈ ਕੋਸ਼ਿਸ਼, ਪਰ ਨਹੀਂ ਕਾਮਯਾਬ ਹੋਇਆ। ਫਿਰ ਅਗਲੀ ਕਬੱਡੀ ਦੇ ਨਾਲ ਆਪਾਂ ਜੁੜਦੇ ਹਾਂ ਕਿ ਸੌਖੇ ਹੁੰਦੇ ਨੀ ਟੂਰਨਾਮੈਂਟ ਕਰਾਉਣੇ, ਸੌਖੀ ਹੁੰਦੀ ਨੀ ਕਰਨੀ ਕਮਾਈ ਇਕੱਠੀ, ਸੌਖਾ ਹੁੰਦਾ ਨੀ ਕਿਸੇ ਤੋਂ ਹੱਥ ਜੋੜ ਮੰਗਣਾ, ਸੌਖੀ ਹੁੰਦੀ ਨੀ ਕਰਨੀ ਅਗਰਾਹੀ ਇਕੱਠੀ, ਸੌਖਾ ਹੁੰਦਾ ਨੀ ਰੈਫਰੀ ਲਈ ਜੱਜ ਕਰਨਾ, ਸੌਖੀ ਹੁੰਦੀ ਨੀ ਬੈਟ ਭਜਾਈ ਇਕੱਠੀ, ਲੱਖੇ ਸਿੱਧਵਾਂ ਸੌਖਾ ਨੀ ਮਾਈਕ ਤੇ ਲਗਾਤਾਰ ਬੋਲਣਾ, ਤੇ ਸੌਖੀ ਹੁੰਦੀ ਨੀ ਸ਼ੇਰਾਂ ਦੀ ਲੱਖਾਈ ਇਕੱਠੀ। ਸਾਡੇ ਸਰੀ ਸ਼ਹਿਰ ਦਾ ਵਸਨੀਕ ਹੈ,
ਕੈਨੇਡਾ ਦੀ ਧਰਤੀ ਤੇ ਵਸਿਆ ਹੈ ਸਾਡਾ ਵੀਰ ਲੱਖਾ ਸਿਧਮਾ ਉਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਵੀਰ ਕਲਮ ਦੇ ਰਾਹੀਂ ਇਹਨਾਂ ਖਿਡਾਰੀਆਂ ਦੀ ਗੱਲ ਕਰਦਾ ਅਸ ਉਹਨੂੰ ਪੁੱਛਣਾ ਕਿ ਹਰ ਕੋਈ ਖਿਡਾਰੀ ਯਾਰ ਤੇਜ ਹੋ ਗਿਆ ਤੇ ਜੱਗ ਚ ਕਬੱਡੀ ਦਾ ਕਰੇਜ਼ ਹੋ ਗਿਆ ਤੀਹਾਂ ਸਕਿੰਟਾਂ ਦੀ ਹੋ ਗਈ ਰੇਡ ਜੀ ਬੜੀ ਪਿਆਰੀ ਖੇਡ ਜੀ ਸੰਦੀਪ ਸਿੰਘ ਲੈ ਸੰਦੀਪ ਮੈਦਾਨ ਚ ਪਾਉਂਦਾ ਹੈ ਕਬੱਡੀ ਕਿ ਲਲੀਆਂ ਦਾ ਸੰਦੀਪ ਨਾ ਬਣ ਜਾ ਜਾਂ ਬਣ ਜਾ ਕਾਕਾ ਕਾਰੀ ਸਾਰੀ ਜਾਂ ਹਰੀਪੁਰ ਦੇ ਕਿੰਦੂ ਵਾਂਗੂ ਹੋ ਜਾ ਗੇਮ ਪਿਆਰੀ ਪਾਲੇ ਸੁਖੇ ਭਲਵਾਨ ਵਾਂਗੂ ਕਿਤੇ ਲੱਗ ਜਾਣ ਜਫੇ ਜਾਂ ਗੁਰਲਾਲ ਘਨੌਰ ਦੇ ਵਾਂਗੂ ਪੱਟਾਂ ਦੀ ਹੋਵੇ ਪਿਆਰੀ ਸੁੱਖੇ ਪੱਡੇ ਜਸੇ ਸਿੱਧੂ ਵਾਂਗ ਚਰਚਾ ਹੋ ਜਾ ਮੇਰੀ ਜਾਂ ਮਲਸੀਆਂ ਦੇ ਕੁਲ ਜੀਤੇ ਵਾਂਗ ਨਾ ਮੇਰੇ ਸਫਾਰੀ ਕਿ ਲਲੀਆਂ ਦਾ ਸੰਦੀਪ ਨਾ ਬਣ ਜਾ ਬਣ ਜਾ ਕਾਕਾ ਕਾਰੀ ਸਾਰੀ ਆਰ ਇੱਧਰ ਮੈਦਾਨ ਪਿੰਦੂ ਦੀ ਕਬੱਡੀ ਦੇ ਉੱਤੇ ਪਲਵਿੰਦਰ ਸਿੰਘ ਨੂੰ ਮਲ ਐਵੇਂ ਨਹੀਂ ਆਖਦੇ ਲਾ ਚੀੜਾ ਜਾਫੀ ਮੰਨਿਆ ਜਾਂਦਾ ਖੇਡ ਦੇ ਮੈਦਾਨਾਂ ਦਾ ਲਾ ਲਾ ਤਗੜਾ ਜਾਫਾ ਤੇ ਤਾੜੀਆਂ ਮਾਰਦੇ ਦੋ ਸਰ ਔਰ ਤਾੜੀਆਂ ਵੱਜਦੀਆਂ ਦਰਸ਼ਕ ਵੀਰਾਂ ਦੀਆਂ ਆਨੰਦ ਮਾਣਦੇ ਹੋ ਇਸ ਸਲਾਨਾ ਖੇਡ ਮੇਲੇ ਦਾ ਮੰਗਾ ਫੋਰਵਾਂ ਜੀ ਵੀ ਪੁੱਜੇ ਆਪਣੇ ਸਾਥੀਆਂ ਦੇ ਨਾਲ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਔਰ ਮੈਦਾਨ ਵਿੱਚ ਇਸ ਤਰ੍ਹਾਂ ਲਵ ਤੇ ਸੰਦੀਪ ਦੀ ਟੱਕਰ ਲਵ ਭੇਟਾਂ ਵਾਲਾ ਤੇ ਸੰਦੀਪ ਕਾਲੇ ਸਿੰਘਾਂ ਦਾ ਲਾ ਚੱਲੀਆਂ ਬਾਹਾਂ ਮਸਲੀ ਕਾਰ ਦੇ ਵਾਂਗੂ ਤੇ ਹੈਪੀ ਪੰਜ ਸਿਨਮਾ ਦਾ ਇਸ਼ਾਰਾ ਨੰਬਰ ਰੇਡਰ ਦਾ ਹੋ ਗਿਆ ਹੈ ਨੰਬਰ ਜੋ ਤਾਵੀ ਦੇ ਵਾਸਤੇ ਜੁੜਦਾ ਹੈ ਅਗਲੀ ਕਬੱਡੀ ਗਰਾਊਂਡ ਵਿੱਚ ਫਿਰ ਸੋਨੂ ਕਿਸ਼ਨਾ ਭੇਟਾਂ ਵਾਲਾ ਲਾ ਸੋਨੂ ਕਿਸ਼ਨਾ ਇਸ ਸਮੇਂ ਪੇਟਾਂ ਵਾਲਾ ਸੋਨੂ ਕਬੱਡੀ ਪਾਉਂਦਾ ਹੈ ਕਦੇ ਸੋਨੂ ਜੰਪ ਦੀ ਚਰਚਾ ਹੋਈ ਹੈ ਕਦੇ ਸੋਨੂ ਆ ਨੌਜਵਾਨ ਤਾਜੇ ਦਾ ਵੀਰ ਨਹੀਂ ਦਫਾ ਲਾ ਸਕਿਆ ਨੰਬਰ ਇੱਡਰ ਦੇ ਵਾਸਤੇ ਨੰਬਰ ਪੇਟਾਂ ਦੀ ਟੀਮ ਔਰ ਅਗਲੀ ਕਬੱਡੀ ਫਿਰ ਆਪ ਕਦੇ ਵੀ ਕਾਲੇ ਸਿੰਘਾਂ ਦੀ ਟੀਮ ਦੇ ਵੱਲੋਂ ਕਾਲੇ ਸਿੰਘਾਂ ਦੀ ਟੀਮ ਦੇ ਵੱਲੋਂ ਪੈਂਦੀ ਹੋਈ ਕਬੱਡੀ ਕਿ ਗੋਗੋ ਅਤੇ ਸੋਨ ਨੇ ਮਸ਼ਹੂਰ ਕੀਤਾ ਰੁੜਕੀ ਬਿੱਟੂ ਤੇ ਲੱਖੇ ਜਿਹੜੇ ਕਰੇ ਆ ਦਗਾਲ ਨੂੰ ਖੁਸ਼ਕੀਏ ਦੇ ਨਾਮ ਨਾਲ ਦਿੜਬੇ ਦੀ ਤੰਦ ਜੁੜੀ ਸੁੱਖੇ ਨੇ ਮਸ਼ਹੂਰ ਕੀਤਾ ਦੋਨੇ ਪੰਡਾਲ ਨੂੰ ਜੋਗੀ ਨੇ ਮਸ਼ਹੂਰ ਕੀਤਾ ਤੱਗੇ ਤੇ ਦੇਦਨਾ ਨੂੰ ਕਾਲੇ ਮਸ਼ਹੂਰ ਯਾਰੋ ਕੀਤਾ ਮਈਆ ਵਿੰਡ ਨੂੰ ਚੂੜ ਚੱਕ ਪੱਪੂ ਲੱਖਾ ਗਾਜ਼ੀਪੁਰ ਦਾ ਮੰਗਾ ਮਿੱਠਾ ਪੁਰੀਆ ਦੀ ਝੂਲ ਤੁਰਦਾ ਖੁਸ਼ਕੀ ਦਿੜਬੇ ਦਾ ਸ਼ੇਰ ਦੁੱਲਾ ਸਿਰੇ ਦਾ ਪਲੇਅਰ ਮੇਰਾ ਵਾਂਗ ਕਿੰਦਾ ਬਿਹਾਰੀਪੁਰ ਮਾਰਦਾ ਉਬਾਰੀਏ ਤਰਨੈਲ ਸਿੰਘ ਨੱਥੂ ਚਾਲ ਤੋਂ ਸਟਾਰ ਵੀ ਆ ਸੋਨੂੰ ਕਿਸ਼ਰੇ ਦੇ ਵਾਸਤੇ ਮਾਣ ਪੈਂਦੇ ਹੋਏ ਬਹੁਤ ਬਹੁਤ ਧੰਨਵਾਦ ਹੈ ਸਟਾਰ ਕਰਨੈਲ ਸਿੰਘ ਜੀ ਨੱਥੂ ਚਾਲ ਤੋਂ ਸਟਾਰ ਵੀ ਆ ਸੋਨੂੰ ਕਿਸ਼ਰੇ ਦੇ ਵਾਸਤੇ ਮਾਣ ਪੈਂਦੇ ਉਦੋਂ ਡੱਜ ਸਾਹਿਬ ਵੀ ਪੁੱਜ ਗਿਆ ਕਾਲੇ ਸਿੰਘਾਂ ਤੇ ਆਪਣੀ ਟੀਮ ਦੇ ਨਾਲ ਉਹਨਾਂ ਦਾ ਵੀ ਧਾਰਨ ਕੀਤਾ ਜਾ ਰਿਹਾ ਹੈ ਔਰ ਇੱਧਰ ਕਬੱਡੀ ਸੋਨੂ ਦੀ ਫਿਰ ਭੇਟਾਂ ਦੀ ਟੀਮ ਦੇ ਵੱਲੋਂ ਪੈਂਦੀ ਹੋਈ ਰੱਬ ਵਰਗੇ ਦਰਸ਼ਕ ਵੀਰ ਤੱਕਦੇ ਹੋਏ ਔਰ ਗੁਰਦੀਪ ਕੋਚ ਅਠਾਲੇ ਵਾਲੇ ਮਾਰਦੇ ਹੋਏ ਬਿਸਲੇ ਨੰਬਰ ਇੱਡਰ ਦਾ ਸੋਨੂ ਦੇ ਵਾਸਤੇ ਵੀ ਤਾੜੀਆਂ ਮਾਰਦੇ ਉਸ ਲੱਗਣ ਦਾ ਮਾਣ ਮਤਾ ਖਿਡਾਰੀ ਔਰ ਇੱਧਰ ਗੋਬਿੰਦ ਸਟੂਡੈਂਟ ਫੋਰਸ ਦਾ ਧੰਨਵਾਦ ਹੈ ਕਬੱਡੀ 365 ਡਾਟਕਾਮ ਵਾਲਿਆਂ ਦਾ ਵੀ ਧੰਨਵਾਦ ਕੀਤਾ ਜਾ ਰਿਹਾ ਹੈ ਜਿਹਨਾਂ ਨੇ ਇਸ 29ਵੇਂ ਸਾਲਾਨਾ ਖੇਡ ਮੇਲੇ ਨੂੰ ਜੋੜਿਆ ਔਰ ਵਿਦੇਸ਼ਾਂ ਦੀ ਧਰਤੀ ਤੇ ਵਸੇ ਸਾਡੇ ਵੀਰ ਇਹਨਾਂ ਮੁਕਾਬਲਿਆਂ ਦਾ ਆਨੰਦ ਮਾਣਦੇ ਹੋਏ ਲਾ ਹੈਪੀ ਪੰਜ ਸਿਨਮਾ ਦਾ ਇਸ਼ਾਰਾ ਨੰਬਰ ਜਨਰੇਟਰ ਦੇ ਵਾਸਤੇ ਹੋ ਗਿਆ ਉੱਧਰ ਗੁਰਵਿੰਦ ਸਿੰਘ ਸਿੱਧੂ ਸਾਹਿਬ ਸਿੱਧੂ ਫਰਾਸ ਸਿਨਮਾ ਦੋਨੋਂ ਤੋਂ ਉਹ ਵੀ ਪੁੱਜੇ ਹੋਏ ਆ ਉਹਨਾਂ ਦਾ ਵੀ ਧੰਨਵਾਦ ਹੈ ਸੋਨੇ ਦੀ ਫਿਰ ਮੈਦਾਨ ਵਿੱਚ ਪਾਈ ਹੋਈ ਕਬੱਡੀ ਹੈ ਕਿ ਕਿਸੇ ਦੇ ਨਾ ਹੱਕ ਤੇ ਨਜ਼ਰਾਂ ਮੈਂ ਰੱਖੀਆਂ ਖਾ ਖਾ ਕੇ ਧੱਕੇ ਮਸਾ ਕੀਤੀਆਂ ਤਰੱਕੀਆਂ ਹੁਣ ਉਹਨਾਂ ਦੀਆਂ ਅੱਖਾਂ ਵਿੱਚ ਰੜਕਾ ਚੱਲ ਹੋਣਾ ਜਿਹਨਾਂ ਤੋਂ ਮੇਰੇ ਚਾਹ ਕਿ ਯਾਰ ਦੀਆਂ ਚੜਕਾਂ ਚੜ੍ਹਤਾਂ ਨੂੰ ਮਾਲਕਾ ਨਜ਼ਰਾਂ ਤੋਂ ਲਈ ਤੂੰ ਬਚਾ ਯਾਰ ਦੀਆਂ ਚੜ੍ਹਤਾਂ ਨੂੰ ਮਾਲਕਾ ਨਜ਼ਰਾਂ ਤੋਂ ਲਈ ਤੂੰ ਬਚਾ ਲਾ ਸੰਦੀਪ ਮੁਸਕਰਾਉਂਦਾ ਹੈ ਨੌਜਵਾਨ ਕਬੱਡੀ ਪਾਉਣ ਦੇ ਵਾਸਤੇ ਵਧਿਆ ਚਾਰ ਜਾਫੀ ਰਾਮਾ ਰਾਏਕੋਟ ਵਾਲਾ ਕਹਿੰਦੇ ਵੀ ਮਾਲਵੇ ਦਾ ਪ੍ਰਸਿੱਧ ਜਾਫੀ ਮੰਨਿਆ ਜਾਂਦਾ ਪਰ ਇਹ ਗਿੰਦਾ ਗੁੱਟ ਫੜ ਕੇ ਜਾਫਾ ਲਾਉਣ ਦਾ ਯਤਨ ਕਰਦਾ ਨਹੀਂ ਕਾਮਯਾਬ ਹੋਇਆ ਬਲ ਨਾਂ ਦੇ ਖਿਡਾਰੀ ਜਿਹੜੇ ਪੁੱਜ ਗਿਆ ਮੈਂ ਬੇਨਤੀ ਕਰਾਂਗਾ ਸੰਗੜਾਂ ਦੀ ਟੀਮ ਜਿਹੜੀ ਹੈ ਉਹ ਗਰਾਊਂਡ ਵਿੱਚ ਆ ਜਾਵੇ ਨਾਲ ਹੀ ਕਾਲਾ ਸੰਗਿਆ ਤੇ ਨਲ ਮਾਣਕ ਲਾ ਜਤਿੰਦਰ ਸਿੰਘ ਦੀ ਕਬੱਡੀ ਤੇ ਸ਼ੇਰਾ ਨਾਮ ਹੈ ਮੁੰਡੇ ਦਾ
के शेरा वांगू पालियां रखा साड़ी हिम्मत वांग चट्टान साढ़े लहू दे विच गैरता सानू पंजाबी जान जिथे एक झंडेली लखा गबरू वार दिंदे ने जान असी वासी हां उस देश दे जिन्हू कहिंदे भारत महान जिन्हू कहिंदे भारत महान बिहारी प्रिया तारी अपनी कलम दे राही लिखला है कि मारे बंदे का कमना कोई सूरमे विच मदाना दे वरदे ने फणा जो मार दे फुकिया कद योधे अगे खड़दे ने हिम्मत यार बनाई जिन्ना नित नवीआं मंजिलां चढ़दे ने ते उन्हां की खेडणी कबड्डी जिहड़े नशा खातर लड़दे ने उन्हां की खेडणी मां खेड कबड्डी जिहड़े नशा खातर लड़दे ने बिहारी प्रिय तारी दीआं लिखीआं होईआं लाइनां दा भी आपां जिक्र करांगे पर मैदान च शेरा काले संघां वाला नहीं जफा ला सकिआ ते नंबर फिर पेटां दी टीम दे वास्ते सोनू ने जोर लिता जिहड़े वाधू खिडारी आ बैठ जाण वर्दियां वाले वी जिहड़े बैठ के मेला देखण बड़ी मेहरबानी है आर इधर संदीप काले संघां वाला आ रामा नारवन हलका दा प्यार दे रहा है पर जफा नहीं ला सकिआ नंबर फिर काले संघां दा नंबर फिर काले संघां दा लाजल कबड्डी दे स्टार कहिंदे भी खेड दे मैदान च पुजदे जा रहे आ बलना दे दीपे नूं कहिंदे दुनिया जाणदी है ते नल दे निप्पे दा चलदा मैदानां दे विच है आ दोनों कबड्डी दे कहिंदे भी टापर खिडारियां दे जनाम अज दोनों नौजवानां दा आर जिन्हां नौजवानों ने कभी इंग्लैंड की धरती से कभी कनेडा की धरती से बल्ले बल्ले कराई है आर गग्गी वर्गे साढ़े वीर चन्ने वर्गे अमृत वर्गे सोनू वर्गे नाखेड़ कबड्डी के प्रसिद्ध खिलाड़ी लाओ नंबर जाफी दा हो गया है गलती करदा नहीं रेफरी जान हो जावे तो उसनू पूर दिंदा चपेड़ मारे जिहड़ा तौल दी थां उत्ते सियाणा रैफरी उसनू घूर दिंदा ते जिस जाफी ने मां दा दुध पीता कैंची रेडर ओ है नरूर दिंदा मक्खन बड़ा अदी अदी गल वखरी कई वारी पौआ बोतल तो वध सरूर दिंदा ते गलती करदा नहीं रैफरी जान बच के हो जावे उसनू पूर दिंदा आ ताजे दा वीर इस दोनों तुछणे दा वीर आ दोनों महान खिलाड़ी ने आ दोनों दे वीर परदोहे एक काले सिंघां दा एक पेटा दा बल्ले 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 हो गया मैदान विच आ मार हुजका मैदान नंबर जाही दा हो गया बड़े दर्शक चंगा लगता एक बार खुल के ताड़ियां मार दो दोनों टीमों के वास्ते दोनों टीमों का आप सत्कार करिए चाहे काला संघ है तो चाहे भेटा की टीम है आर इधर काले सिंघां वाले संदीप भेटा वाला लव ट्राई करता डक बोर्ड दे हुण तक कदे भी किसी का नजारा पेश होगा मैदान के गुंदमा शरीर की मैं सिर्फ तकरा ते हथ ला के मुंडा फड़ादा नहीं होबा गुंदमा शरीर की मैं सिर्फ तकरा हथ ला के फड़ादा नहीं होबा सिमड़ा की टीम जी पुज गई एक काले स्थलों के खिलाड़ी भी आ जाना है आ सोनू कृष्णा भेटा वाला जानदर नंबर है अपनी टीम के वास्ते जुड़ता है गबरू अगली कबड्डी ग्राउंड फिर आप देखते हैं भाई काले सिंघां वाला हो जाता है खून पसीना एक इथे जदों पर्दा धावी दे नाल जाफी तिया सिकिंटा च हरा के पए जितना पर जाके हुंदी है मार थापी तारी दर्शकों की इनी सौखी ताकत गिटिया तक दो है जाए ना पी इन सौखे नहीं बने सम्मान मिलते डाणी तलवार अंग साढ़े तो डॉक्टर साहब बजे काले सिंह तो बहुत बहुत धन्यवाद है 500 रुपया काले सिंह जी बाऊ इटली वालों काले सिंह की टीम वालों 500 रुपये का मान सम्मान धन्यवाद है डॉक्टर राम लबाया जी लंगा जी डॉक्टर राम लबाया जी संघा साहब जिन्हों वालों हर साल फ्री मैडिकल सेवावान दिखाई जाए दोनों टीमों के वास्ते 100 रुपए का मान बोले हुए डॉक्टर राम लबाया जी संघा साहब बहुत बहुत धन्यवाद है दोनों टीमों के लिए 100 रुपए का मान बहुत बहुत धन्यवाद जिन्हों वालों हर साल ये फ्री मैडिकल सेवावान दिखाई जाती है ला जी इस मैच में जो पितृगण का फाइनल होया पेटा दे नंबर 10
ਤੇ ਕਾਲੇ ਸਿੰਘਾਂ ਦੇ 15 ਨੰਬਰ ਹੈ ਤਾੜੀਆਂ ਮਾਰਦੇ ਕਾਲਾ ਸਿੰਘਾਂ ਫਸਟ ਤੇ ਸੈਕਿੰਡ ਟੀਮ ਜਿਹੜੀ ਹੈ ਉਹ ਮੇਜ਼ਬਾਨ ਟੀਮ ਭੇਟਾ ਰਹੀ ਹੈ ਲੱਖ ਲੱਖ ਮੁਬਾਰਕਾਂ ਦਾ ਖਿਡਾਰੀਆਂ ਨੂੰ ਔਰ ਪਾਣੀ ਦੀ ਜਿਹੜੀ ਬਾਲਟੀ ਹੈ ਬੇਨਤੀ ਹੈ ਮਲੀ ਟੈਂਟ ਹਾਊਸ ਦੇ ਵਰਕਰਾਂ ਨੂੰ ਕਿ ਗਰਾਊਂਡ ਵਿੱਚ ਜ਼ਰੂਰ ਪਹੁੰਚ ਕੀਤੀ ਜਾਵੇ ਪਾਣੀ ਦੀ ਇੱਕ ਬਾਲਟੀ ਹੈਲੋ ਸੁਰ ਸਿੰਘ ਵਾਲਾ ਤੇ ਭੇਟਾ ਵੇਟ ਓਪਨ ਸੁਰ ਸਿੰਘ ਵਾਲਾ ਤੇ ਭੇਟਾ ਵੇਟ ਓਪਨ ਆਪਾਂ ਬੇਨਤੀ ਕਰਾਂਗੇ ਕਾਲਾ ਸਿੰਘਾਂ ਦੀ ਟੀਮ ਜਿਹੜੀ ਗਰਾਊਂਡ ਵਿੱਚ ਆ ਜਾਵੇ ਬਲ ਨਾ ਤੇ ਆਹ ਮੁਕਾਬਲਾ ਜੋ ਸੁਨੜਾਂ ਦਾ ਸ਼ੁਰੂ ਹੋ ਜਾ ਰਿਹਾ ਹੈ ਉਸ ਤੋਂ ਬਾਅਦ ਚ ਨਲ ਮਾਨਕ ਦੀ ਟੀਮ ਜਿਹੜੀ ਪੁੱਜ ਗਈ ਤੇ ਕਾਲੇ ਸਿੰਘਾਂ ਦੇ ਖਿਡਾਰੀ ਆ ਜਾਣਾ ਤੇ ਆ ਗਏ ਨੇ ਮੈਦਾਨ ਵਿੱਚ ਖਿੱਚ ਕੇ ਤਿਆਰੀਆਂ ਮਿਹਨਤਾਂ ਨੇ ਕੀਤੀਆਂ ਤੇ ਬਾਡੀਆਂ ਸ਼ਿੰਗਾਰੀਆਂ ਹੈਲੋ ਲੱਗੂਗਾ ਮੈਦਾਨ ਵਿੱਚ ਜ਼ੋਰ ਚੋਟੀ ਅੱਡੀ ਦਾ ਬੰਦਾ ਕੌਡੀ ਤੋਂ ਹੀਰਾ ਹੋ ਜਾਂਦਾ ਜਿਹਨੂੰ ਲੱਗ ਜਾਏ ਇਸ਼ਕ ਬੱਡੀ ਦਾ ਰਾਣਾ ਜੀ ਬਨਵਾਲੀਪੁਰ ਤੋਂ ਸ਼ਾਮਾ ਦੀ ਚਿੱਟੀ ਵਾਲੇ ਖੇਡ ਦੇ ਮੈਦਾਨ ਦੇ ਪੁੱਜਾ ਨੇ ਇਹ ਬੇਨਤੀ ਕਰਾਂਗੇ ਆਪਾਂ ਵੀਰਾਂ ਨੂੰ ਬਾਲ ਨਾ ਤੇ ਨਲ ਮਾਨਕ ਦਾ ਮੈਚ ਕਰਾ ਲਓ ਬਾਲ ਨਾ ਤੇ ਨਲ ਮਾਨਕ ਹਾਂ ਨਹੀਂ ਨਹੀਂ ਬਾਲ ਨਾ ਤੇ ਸੁਣਣਾ ਹਾਂ ਦੇਖਿਓ ਇਹ ਕਾ ਵੀ ਮੈਂ ਵੀ ਦਰਸ਼ਕ ਵੀਰੇ ਮੇਰੇ ਤੋਂ ਖੱਬੇ ਪਾਸੇ ਟੀਮ ਜਿਹੜੀ ਆ ਇਹ ਸੁਨੜਾਂ ਦੀ ਟੀਮ ਹੈ ਔਰ ਮੇਰੇ ਤੋਂ ਸਜੇ ਪਾਸੇ ਬਲ ਨਾ ਦੀ ਟੀਮ ਹੈ ਪਹਿਲੀ ਕਬੱਡੀ ਰਣਜੀਤ ਬਲ ਦਾ ਵੀਰ ਦੀਪੇ ਬਲ ਦਾ ਵੀਰ ਇਹ ਮਨਵੀਰ ਸਿੰਘ ਮੰਨਾ ਬਲ ਨਾ ਵਾਲਾ ਮੰਨਾ ਬਲ ਔਰ ਚਾਰ ਜਾਫੀ ਨੇ ਇੱਧਰ ਤਿਆਰ ਬਰ ਤਿਆਰ ਕੌਣ ਜਾਫਾ ਲਊਗਾ ਇਸ ਪੈਂਦੀ ਹੋਈ ਕਬੱਡੀ ਤੇ ਆਪਾਂ ਦੇਖਦੇ ਵੀ ਸੁਨੜਾਂ ਦੇ ਸਥਾਪੂ ਨੇ ਯਾਰਬ ਦੇ ਕਬੱਡੀ ਕਾਪਾਂ ਦੇ ਚ ਬੱਲੇ ਬੱਲੇ ਕਰਾਈ ਹੈ ਔਰ ਇੱਧਰ ਸੋਨੂ ਦੀ ਹੁਣ ਪੂਰੀ ਤਿਆਰੀ ਹੈ ਨਾਲ ਅਮਰਜੀਤ ਵਰਗੇ ਚਾਰ ਜਾਫੀ ਨਾ ਮੰਨਾ ਬਲ ਨਾ ਵਾਲਾ ਕਿਹਨੂੰ ਹੱਥ ਲਾਉਂਦਾ ਆਪ ਤਾਂ ਕਹਿੰਦੇ ਵੀ ਸੋਨੂ ਦੇ ਨਾਲ ਹੱਥ ਜੁੜੀਆਂ ਹੋ ਗਈਆਂ ਤੇ ਨੰਬਰ ਇੱਧਰ ਦੇ ਵਾਸਤੇ ਜੁੜ ਗਿਆ ਚੱਲ ਵੀ ਦਿੱਲੀਆ ਪਾ ਕਬੱਡੀ ਦੁੱਲਾ ਨਾਦਮ ਨੇ ਇਸ ਸਮੇਂ ਸੁਨੜਾਂ ਦੀ ਟੀਮ ਦਾ ਇਹ ਨੌਜਵਾਨ ਚੜ੍ਹਦੀ ਵਰੇਸ਼ ਦਾ ਟਾਪ ਦਾ ਕਿਰਪਾ ਰਾਈ ਤੇ ਬਣੇਗਾ ਇਧਰ ਚਾਰ ਜਾਫੀਆਂ ਦੇ ਵਿੱਚੋਂ ਕੌਣ ਜਾਫਾ ਲਾਉਂਦਾ ਹੈ ਇੱਕ ਨਹੀਂ ਤੇ ਚਿੱਟੇ ਕੱਛੇ ਦੇ ਵਿੱਚ ਨੌਜਵਾਨ ਸੁੱਖਾ ਹੈ ਇਹ ਵੀ ਨੌਜਵਾਨ 2012 ਦੇ ਖੇਡ ਸੀਜ਼ਨ ਦੇ ਵਿੱਚ ਨਿਊਜ਼ੀਲੈਂਡ ਦੀ ਧਰਤੀ ਤੇ ਖੇਡਿਆ ਹੈ ਹਰੀਪੁਰ ਦੇ ਗੋਲਡੀ ਦੇ ਨਾਲ ਮਿਲ ਕੇ ਦੋਹੇ ਭਰਿਆ ਨੌਜਵਾਨ ਨੇ ਪਰ ਜਾਫਾ ਨਹੀਂ ਲਾ ਸਕਿਆ ਗੱਲ ਵੱਖਰੀ ਹੈ ਬਲ ਨਾ ਤੇ ਦੀਪੇ ਨੂੰ ਕਹਿੰਦੇ ਵੀ ਦੁਨੀਆ ਜਾਣਦੀ ਹੈ ਸਰਦਾਰ ਮੁਖਤਿਆਰ ਸਿੰਘ ਦਾ ਪੁੱਤਰ ਸਿੰਘ ਦਾ ਪੋਤਾ ਤੇ ਬਲ ਨਾ ਦੇ ਰਣਜੀਤ ਦਾ ਛੋਟਾ ਵੀਰ ਹੈ ਨਾ ਦੀਪਾ ਕਬੱਡੀ ਪਾਰਿਆ ਜੇਸ਼ ਨੌਜਵਾਨ ਨੇ ਮਾਰਚ ਮਹੀਨੇ ਦੇ ਵਿੱਚ ਗਗੜਪੁਰ ਦੇ ਖੇਡ ਮੇਲੇ ਦੇ ਵਿੱਚ ਮੋਟਰਸਾਈਕਲ ਜਿੱਤਿਆ ਔਰ ਕਹਿੰਦੇ ਵੀ ਨਾ ਮਾਰਚ ਨੂੰ 1,00,000 ਰੁਪਏ ਦੇ ਨਾਲ ਵਿਸ਼ੇਸ਼ ਤੌਰ ਤੇ ਇਸ ਨੌਜਵਾਨ ਦਾ ਸਨਮਾਨ ਕੀਤਾ ਗਿਆ ਔਰ ਮਹਾਨ ਕਬੱਡੀ ਖਿਡਾਰੀਆਂ ਵਿੱਚ ਨਾਮ ਹੈ ਨੌਜਵਾਨ ਦਾ ਮਸ਼ਹੂਰ ਕਬੱਡੀ ਖਿਡਾਰੀ ਹੈ ਲਗਾਤਾਰ 2 ਸਾਲ ਇੰਗਲੈਂਡ ਦੀ ਧਰਤੀ ਤੇ ਟੈਲਫੁਰ ਕਬੱਡੀ ਕਲੱਬ ਦੇ ਵਾਸਤੇ ਨੌਜਵਾਨ ਨੇ ਔਰ ਇਸ ਸਮੇਂ ਮਾਊ ਨਾਮ ਹੈ ਨੌਜਵਾਨ ਦਾ ਜਿਹੜਾ ਹੁਣ ਕਬੱਡੀ ਪਾਉਣ ਦੇ ਵਾਸਤੇ ਖੇਡ ਦੇ ਮੈਦਾਨ ਚ ਧਾਵਾ ਬੋਲਦਾ ਹੈ ਹੈਲੋ ਆ ਭਾਜੀ ਮੱਲੀਆਂ ਦਾ ਸਾਡੇ ਕੋਲ ਹਲੇ ਤਾਂ ਕੋਈ ਵੀ ਖਿਡਾਰੀ ਨਹੀਂ ਪਹੁੰਚਿਆ ਮੱਲੀਆਂ ਦਾ ਆ ਮੱਲੀਆਂ ਦੇ ਖਿਡਾਰੀ ਨੇ ਬੇਨਤੀ ਵੀ ਤੁਹਾਡੇ ਤੇ ਅਬਜੈਕਸ਼ਨ ਲੱਗਾ ਸੀਗਾ ਉਹ ਆਪਣਾ ਪ੍ਰੂਫ ਜਿਹੜਾ ਦੇ ਦਿਓ ਬੜੀ ਮਿਹਰਬਾਨੀ ਹੈ ਹਾਂ ਪ੍ਰੂਫ ਲੈਣਗਾ ਵੀ ਆ ਨੋਟ ਕਰ ਲਓ ਮੇਰਾ ਵੀ ਅਗਲੀ ਕਬੱਡੀ ਕਹਿੰਦੇ ਵੀ ਸੋਨੂ ਨਾਮ ਹੈ ਨੌਜਵਾਨ ਦਾ ਹੁੰਦਲ ਟੱਡਿਆਂ ਦੇ ਕਬੱਡੀ ਕੱਪ ਦੇ ਵਿੱਚ ਨੌਜਵਾਨ ਦਾ 51,000 ਰੁਪਏ ਨਾਲ ਸਨਮਾਨਿਤ ਗਿਆ ਸੀਗਾ ਬਾਬਾ ਰਿਕੀ ਸਪੋਰਟਸ ਕਲੱਬ ਹੁੰਦਲ ਟੱਡਿਆਂ ਦੇ ਪ੍ਰਬੰਧਕੀ ਕਮੇਟੀ ਵੱਲੋਂ ਨਾ ਸੋਨੂ ਦੀ ਕਬੱਡੀ ਆਪਾਂ ਜੋ ਦੱਕਦੇ ਹਾਂ ਮੈਦਾਨ ਦੇ ਪੈਂਦੀ ਹੋਈ ਬਲ ਨਾ ਦੀ ਟੀਮ ਦੇ ਵੱਲੋਂ ਚਾਰ ਜਾਫੀਆਂ ਤੇ ਬੋਲਦਾ ਹੈ ਧਾਵਾ ਨੌਜਵਾਨ ਦਾ ਸੋਨੂ ਜੀ ਸੋਨੂ ਨਾਲ ਟੱਕਰ ਹੋਈ ਹੈ ਨਾ ਸੋਨੂ ਨੌਜਵਾਨ ਤਕੜਾ ਜਾਫਾ ਲਾਉਂਦਾ ਹੈ ਆਪਣੀ ਟੀਮ ਦੇ ਵਾਸਤੇ ਨੰਬਰ ਬਿਹਤਰੀਨ ਇਸ ਜਾਫੀ ਦਾ ਚੱਲ ਵੀ ਗੁਰਪ੍ਰੀਤ ਸਿੰਘ ਪਾਕ ਕਬੱਡੀ ਨਾ ਗੋਪੀ ਨੌਜਵਾਨ ਇਸ ਸਮੇਂ ਸੁਨੜਾਂ ਦੀ ਟੀਮ ਦੇ ਵੱਲੋਂ ਅਗਲੀ ਕਬੱਡੀ ਪਾਉਣ ਵਾਸਤੇ ਨੌਜਵਾਨ ਵੱਧਦਾ ਹੈ
चार जाफी ने तैयार बस तैयार कौन जाफा लावेगा आपस समय के नाल तकते हैं बोलो हतावे कौन फल पाँगा और बोलो हतावा नर बंदा के कपड़े ला के बिच मैदाने छूकते ही नहीं आते चमकते पिंडे आते देखो मसल गीत ने गाते खिलाड़ी खेड़ कबड्डी दे पूरा हुनर विखाते ने कई रेडा पाते ने कई जफे लाते ने ना आ नौजवान इस समय सनी है सनी नौजवान जिस नौजवान ने बल को ना दे खेड़ मिले च बल्ले बल्ले कराई मेला लुटर वाली गल की और मिठापुर के खेड़ 75 किलो के मुकाबले हुए तो उत्तम जाफी का मिठापुर मलिया ने टीम ने पांच मिनट देने सर पांच मिनट जे प्रूफ लैंड का ठीक है नहीं तो अं कर देना अभी वेट नहीं करनी भाजी अभी पहले इस तरह लिखा भी टीम जी भी आनी है अपना प्रूफ ना लैके आवे ना मन्ना नौजवान तो स्टूडेंट का साबू भी कहर बन जाफी है इस मिला दफा नंबर जोड़ता है मीटिंग वास्ते चल भी दिले ना दिले की कबड्डी खेल के मैदान च पी हो दुकान चकू डक के दिखाता आप समय के नाल तकते हैं पाई है कबड्डी के हरजीत बरार की सी स्टाइलिश कबड्डी बड़िया के सुखी की प्रदर्शनी बाडी सुरखपुरी दिले का पंप अंदर शूहे इब्राहिम वाल के सोनू का जंप मिंदू पंडोरी गब्बे टच लावे तो कुलजीता चुक चुक के कबड्डिया पावे गाजीपुरी लखे का टच तो शुष्क के कोनी का हंध्या से लाड़ा नच कनौर के गुरराज की चाल बुललिया की उच्ची शाल विच दुनिया के मशहूर है केदे विच केड़ी खूबी ये आप दसना जरूर है केदे विच केड़ी खूबी ना कहते भी बालना के दीपे की ट्राई की हुई नारवा का अंतरराष्ट्रीय पद्धत का खिलाड़ी दोनों अंतरराष्ट्रीय खिलाड़ी है एक यूरप के कबड्डी कप आज बल्ले बल्ले करा के आया एक ने कहने भी इंग्लैंड के मैदान च बल्ले बल्ले कराई है टैलफोर्ड कबड्डी क्लब के वास्ते नौजवान तकता है आर कबड्डी के नाल आता फिर जुड़ी इतने माओ की कबड्डी है चार जाफी ने इधर कहते भी सोनू ने भी 2012 कनेडा की धरती से बल्ले बल्ले कराई है पर सनी हल्का जहा टच हो चुके है तो माओ नौजवान नंबर जोड़ गया अपनी टीम के वास्ते काला संघिया नल मैनक का अगला मुकाबला भी बहुत जबरदस्त खेडा जाना मैदान इधर मन्ने ने फिर मैदान पाई है कबड्डी के एक मठूर बगला परता बगिया का मंगी फंगिया ते जा फड़दा सरहाल मुंडी का डमरू तकड़े तकड़े एडे ढलदा ते दुदाल वाला बिट्टू एक जाफ ते कई दाल आउंदा तोगा वाली ताऊ दे कंधे कारवा दे पहलवान दे दूर कर रहे हंदे रुड़की का गोगो गिटे चकदा ते पड़ारा वाले करदा कोई कोई संदा गुरजीतू दा बार बंदे नूं करना बाजी जड़दा गुट नूं फड़ना दे विच दुनिया दे मशहूर है केदे विच केड़ी खूबी आपां दसणा जरूर है आ जरूर गल कीती जावेगी इन्हां खिडारियों दी इस समय आपां देखदे हां वी दुल्ला कबड्डी पा रहा आ सरी ने बाद वधिया कोशिश कीती ते जसपाल राणा बनवालीपुर ने मारी बिसल भी नंबर जाफी दे वास्ते है हेलो सुर सिंह वाला तपेटा बेट ओपन सुर सिंह वाला तपेटा बेट ओपन आ 2 मिनट पहले बल ना दे दीपे दी फिर कबड्डी मैदान की पी हो कौन डकदे इस नौजवान के जाके ग्राउंड में डंड पेलदा रेड पौन गया सप वांग मेलदा कदे किसी जाफी दे हाथे आवे ना ते बाज गई मारदा उडारी गबरू मां कोलो खा खा के छने चूरी दे भाई बनिया कबड्डी का खिलाड़ी गबरू ला माऊ सिंगड़ा वाले की कबड्डी ते चार जाफी ने तैयार बर तैयार इधर आप कदे भी पाई है कबड्डी तो कौन डक के दिखावेगा निर्वैर सनी सोनू तो सुख है डबल टच ये हो चुके हैं तो नंबर रेड के वास्ते है नंबर जो तावी का अगली कबड्डी फिर मनवीर सिंह मन्ना बलना वाला मारदा नौजवान पटा के थापिया से बोलता है तावा कि मिठापुर के मंगे की छाती के अन्ना जोर है तो बिहारीपुर के कंधे की चीते वाली तोर है इंग्लैंड लड्डू की शाल है तो सेंटर वाले मीक दे वाल है सिनेमा के जस सरावान सुखबीर की भाज है बलजारी का पब्बा दे भज लैना फौजीपुर के गोपी का टुट के पैना खीरा वाल के गगी का धक्के नंबर लाना मियांवर के काले का हवा विच पंजाला रहना विच दुनिया के मशहूर है केदे विच केड़ी खूबी आपा दसना जरूर है बलना का दीपा कहते भी महान खिलाड़ियों नाम है नौजवान का
ਰੱਖਣਾ ਖੇਡ ਦੇ ਮੈਦਾਨਾਂ ਦਾ ਔਰ ਇਸ ਨੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੈ ਚਾਰ ਜਾਫੀਆਂ ਤੇ ਬੋਲਿਆ ਹੈ ਧਾਵਾ ਨਾੜਵੰਦਾ ਚਾਰ ਜਾਫੀਆਂ ਦੇ ਵਿੱਚ ਸੇਣੂ ਹੈ ਨਾਲ ਦੂਸਰੀ ਕਮੀ ਤੇ ਕਹਿੰਦੇ ਵੀ ਸੋਰਾਂ ਦਾ ਸਾਬੂ ਹੈ ਵੱਡਾ ਤਜਰਬਾ ਰੱਖਦਾ ਖੇਡ ਦੇ ਮੈਦਾਨਾਂ ਦਾ ਇਹ ਵੀ ਨਾੜਵੰਦ ਹੈ ਨਾ ਬੜਾ ਤੇਜ਼ ਤਰਾਰ ਸੋਰਾਂ ਦਾ ਸਾਬੂ ਕਰਦਾ ਹੈ ਕੋਸ਼ਲ ਨਹੀਂ ਦਫਾ ਲਾ ਸਕਿਆ ਤੇ ਨੰਬਰ ਰੇਡਰ ਦੇ ਵਾਸਤੇ ਨੰਬਰ 22 ਦਾ ਹੋ ਗਿਆ ਚੱਲ ਵੀ ਦੁਲਿਆ ਪਾਕ ਇਸ ਨੇ ਦਿੱਲੇ ਦੀ ਕਬੱਡੀ ਨੂੰ ਲੋਕ ਤੱਕਦੇ ਹੋਏ ਬਈ ਆਉਣ ਵਾਲੇ ਸਮੇਂ ਦਾ ਇਹ ਵੀ ਸਟਾਰ ਬਣੇਗਾ ਪੈਂਦੀ ਹੋਈ ਕਬੱਡੀ ਦੇ ਉੱਤੇ ਚਾਰ ਜਾਫੀ ਨੇ ਤਿਆਰ ਬਰ ਤਿਆਰ ਹੈ ਕਿ ਬਦੌਲਤ ਕਬੱਡੀ ਦੀ ਲੱਖਾਂ ਦਿਲਾਂ ਵਿੱਚ ਵਸਦੇ ਨੇ ਸੁਰਖਪ੍ਰੀਆ ਸੰਦੀਪ ਤੇ ਦੁੱਲਾ ਗੁਰਜੀਤ ਤੂਤਾ ਪਿੰਡ ਦਾ ਖਿਡਾਰੀ ਹੀਰੇ ਜਿਹਾ ਬਮੁੱਲਾ ਕਹਿੰਦੇ ਜਸੇ ਲਾਡੀ ਵਜੋਲੇ ਦਾ ਸਾਂਝੇ ਕੀਤਿਆਂ ਕਿਸੇ ਦਿਨ ਹੱਥੇ ਆਉਂਦੇ ਤੇ ਗੱਭਰੂ ਕਬੱਡੀ ਖੇਡ ਕੇ ਪੂਰਾ ਜੱਗ ਤੇ ਨਾ ਚਮਕਾਉਂਦੇ ਗੱਭਰੂ ਕਬੱਡੀ ਖੇਡ ਕੇ ਪੂਰਾ ਜੱਗ ਤੇ ਨਾ ਚਮਕਾਉਂਦੇ ਨਾਮ ਚਮਕਾਉਂਦੇ ਖਿਡਾਰੀਆਂ ਲਾਡੀ ਵਜੋਲਾ ਵੀ ਸਾਡੇ ਦਰਮਿਆਨ ਪੁੱਜੇ ਹੋਏ ਆ ਕਹਿੰਦੇ ਵੀ ਟਾਪ ਦੇ ਖਿਡਾਰੀਆਂ ਦੇ ਨਾਮ ਹੈ ਔਰ ਇੱਧਰ ਕਬੱਡੀ ਫਿਰ ਆਪਾਂ ਤੱਕਾਂਗੇ ਮਾਊ ਨਾੜਵਾਨ ਦੀ ਪੈਂਦੀ ਹੋਈ ਮਾਊ ਨੂੰ ਕੌਣ ਡੱਕਦਾ ਸੋਨੂ ਸੁੱਖਾ ਸਲੀ ਤੇ ਨਰਵੈਰ ਬਲਨਾ ਦੇ ਚਾਰ ਜਾਫੀ ਹੈ ਵਾਧੂ ਵੀਰ ਜਿਹੜੇ ਬੈਠ ਜਾਣ ਬੜੀ ਮਿਹਰਬਾਨੀ ਹੈ ਆ ਸੁੱਖਾ ਨਾੜਵਾਨ ਜਿਸ ਨਾੜਵਾਨ ਨੇ ਨਿਊਜ਼ੀਲੈਂਡ ਦੀ ਧਰਤੀ ਤੇ ਬੱਲੇ ਬੱਲੇ ਕਰਾਈ ਹੈ 2012 ਦੇ ਖੇਡ ਸੀਜ਼ਨ ਦੇ ਵਿੱਚ ਪਰ ਇਸ਼ਾਰਾ ਵੀ ਨੰਬਰ ਰੇਡਰ ਦੇ ਵਾਸਤੇ ਹੈ ਕਿਉਂਕਿ ਰੇਡਰ ਵੀ ਵਧੀਆ ਤੇ ਜਾਫੀ ਚਾਰੇ ਪਾਸੇ ਚਰਚੇ 48 ਵਾਲੇ ਲਾਲ ਦੇ ਬਈ ਰੇਡਰ ਵੀ ਵਧੀਆ ਤੇ ਜਾਫੀ ਵੀ ਕਮਾਲ ਦੇ ਰੇਡਰ ਤੇ ਕਮਾਲ ਦੇ ਜਾਫੀ ਇਸ ਨੇ ਆਪ ਆਪਣਾ ਜ਼ੋਰ ਅਜਮਾਉਂਦੇ ਹੋਏ ਪੈਂਦੀ ਹੋਈ ਕਬੱਡੀ ਬਲਨਾ ਵੱਲੋਂ ਫਿਰ ਦੀਪੇ ਜੀ ਬਾਬਾ ਸੂਬਾ ਸਿੰਘ ਦਾ ਪੇਤਾ ਸਰਦਾਰ ਮੁਖਤਿਆਰ ਸਿੰਘ ਦਾ ਪੁੱਤਰ ਹੈ ਆ ਬਲਨਾ ਵਾਲੇ ਦੀਪੇ ਨੇ ਜਾਨਦਰ ਨੰਬਰ ਦਾ ਵਾਧਾ ਆਪਣੀ ਟੀਮ ਦੇ ਵਾਸਤੇ ਕੀਤਾ ਹੈ ਚੱਲ ਵੀ ਗੋਪੀ ਸਿੰਘ ਪਾਕ ਕਬੱਡੀ ਮੈਂ ਇਸ ਸਮੇਂ ਗੋਪੀ ਨਾੜਵਾਨ ਸੁਨੜਾ ਦੀ ਟੀਮ ਦੇ ਵੱਲੋਂ ਪਰ ਦੂਸਰੇ ਪਾਸੇ ਨਰਵੈਰ ਨੇ ਕੀਤੀ ਕੋਸ਼ਿਸ਼ ਹੈ ਪਰ ਨੰਬਰ ਜਿਹੜਾ ਜਾਫੀ ਦੇ ਵਾਸਤੇ ਜੁੜ ਗਿਆ ਮੰਨਾ ਨਾੜਵਾਨ ਇਸ ਸਮੇਂ ਅਗਲੀ ਕਬੱਡੀ ਪਾ ਰਿਹਾ ਕਿ ਪੰਜ ਪਾਣੀਆਂ ਨੇ ਜਿੱਤੇ ਹਜਾਲ ਬੰਨਿਆ ਉਸ ਧਰਤੀ ਦੀ ਕੁੱਖ ਵਿੱਚ ਮੈਂ ਜੰਮਿਆ ਜਿੱਥੇ ਉੱਗਦੀ ਹੈ ਸੋਨਾ ਦੀ ਜ਼ਮੀਨ ਜੱਟੀਏ ਮੈਂ ਵੀ ਪੁੱਤ ਹਾਂ ਪੰਜਾਬ ਦਾ ਸ਼ਕੀਨ ਜੱਟੀਏ ਮੈਂ ਇਸ ਸਮੇਂ ਬਹੁਤ ਤਕੜਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਦਰਸ਼ਕ ਵੀਰ ਪੂਰਾ ਜੁੜੇ ਹੋਇਆ ਮੈਦਾਨ ਦੇ ਨਾਲ ਤੱਕਦੇ ਵੀ ਕਿਹੜੀ ਟੀਮ ਜਿੱਤੇਗੀ ਦਰਸ਼ਕ ਵੀਰ ਕਹਿਣ ਦੀ ਲੋੜ ਨਹੀਂ ਤਾਰੀਆਂ ਦੋਨੋਂ ਟੀਮਾਂ ਲਈ ਮਾਰ ਕੇ ਦੱਸੋ ਜੇ ਮੈਚ ਚੰਗਾ ਲੱਗਦਾ ਦੋਨੋਂ ਟੀਮਾਂ ਦਾ ਪਤਾ ਲੱਗੇ ਤੁਸੀਂ ਵੀ ਗਰਾਊਂਡ ਦੇ ਨਾਲ ਜੁੜੇ ਹੋਇਆ ਲਾ ਬਲਨਾ ਤੇ ਦੀਪੇ ਨੇ ਨਾ ਦੀਪਾ ਨਾਦਵੀ ਨੇ ਇਸ ਸਮੇਂ ਇੱਕ ਹੋਰ ਨੰਬਰ ਮੈਚ ਦੀ ਸਮਾਪਤੀ ਹੋ ਗਈ ਹੈ ਨਾ ਇਸ ਮੈਚ ਦੇ ਦਰਮਿਆਨ ਆਪਾਂ ਦੱਕਦੇ ਵੀ ਬਹੁਤ ਸੰਘਰਸ਼ ਹੋਇਆ ਦੋਨੋਂ ਟੀਮਾਂ ਦੇ ਵਿੱਚ ਸੁਨੜਾ ਦੇ ਨੰਬਰ ਰਹੇ 12 ਬਲਨਾ ਦੇ ਨੰਬਰ ਰਹੇ 15 ਬਲਨਾ ਦੀ ਟੀਮ ਇਸ ਮੈਚ ਦੇ ਦਰਮਿਆਨ ਜਿੱਤ ਰਹੀ ਹੈ ਬਲਨਾ ਦੀ ਟੀਮ ਜਿੱਤੋ ਸੁਨੜਾ 12 ਬਲਨਾ 15 ਅਗਲੇ ਮੈਚ ਦੀਆਂ ਦੋਨੋਂ ਟੀਮਾਂ ਲਾਈਨਅਪ ਕੀਤੀਆਂ ਜਾਣਗੀਆਂ ਕਾਲਾ ਸੰਘਿਆ ਤੇ ਨਲ ਮਾਨਕ ਸਾਡੇ ਸਤਿਕਾਰਯੋਗ ਸਰਦਾਰ ਹਰਗੁਰਦੇਵ ਸਿੰਘ ਜੀ SHO ਸਾਹਿਬ ਸਾਡੇ ਦਰਮਿਆਨ ਪੁੱਜੇ ਆ ਸੋ ਆਵਾ ਬੇਨਤੀ ਕਰਾਂਗੇ ਸਰਦਾਰ ਪ੍ਰਦੁੰਨ ਸਿੰਘ ਜੀ ਹੁਣਾਂ ਨੂੰ ਕੋਈ ਲੈ ਕੇ ਆਉਣਗੇ ਖੇਡ ਦੇ ਮੈਦਾਨ ਵਿੱਚ ਦੋਨੋਂ ਟੀਮਾਂ ਨੂੰ ਆਸ਼ੀਰਵਾਦ ਦੇਣ ਦੇ ਵਾਸਤੇ ਚਾਚਾ ਕਹਿੰਦਾ ਜੀ ਆਪਾਂ ਲੈ ਕੇ ਆਈਏ ਸਰਦਾਰ ਹਰਗੁਰਦੇਵ ਸਿੰਘ ਜੀ ਜੋ ਸਾਡੇ ਦਰਮਿਆਨ ਉੱਚੇ ਚਾਰ ਦੇ ਪੁੱਜੇ ਆ ਦੋਨੋਂ ਟੀਮਾਂ ਲਾਈਨ ਉੱਤੇ ਹੋਣਗੀਆਂ ਕਾਲਾ ਸਿੰਘ ਦੇ ਨਾਲ ਮਾਨਕ
हाँ भी नेके वीर अगले मैच ठीक है आ मैच शुरू करो जी आ बहुत तगड़ा मैच दर्शक वीर खेडा जा रहा है नल मानक ते दूसरे पासे काला संघिया जंग हिंद पाक दा होर लगा पातशाही दोने पासे हो जा भारिया ने अज होवे सरकार ता मुल खाल से तेगा मारिया ने और आ साबी मली वाले दा भी विशेष मान किया यार साबू सुनना ਨਾ ਤਾੜੀਆਂ ਮਾਰਦੇ ਪਹਿਲੇ ਨੰਬਰ ਤਾਜੇ ਨੇ ਜੋੜਿਆ ਆਪਣੀ ਟੀਮ ਦੇ ਵਾਸਤੇ ਤਾਜਾ ਕਾਲ ਸਿੰਘਾਂ ਦਾ ਤੇ ਅਗਲੀ ਕਬੱਡੀ ਪਾ ਬਚਿੱਤਰ ਸਿਆ ਖੇਡਦੇ ਮੈਦਾਨ ਵਿੱਚ ਨਾ ਬਚਿੱਤਰ ਸਿੰਘ ਨਾਰਵਾਂ ਦਾ ਅਗਲੀ ਕਬੱਡੀ ਪਾਵੇਗਾ ਆਪਣੀ ਟੀਮ ਦੇ ਵੱਲੋਂ ਕਿ ਜਾਂ ਵਕਤ ਨਾ ਹਟਾਈ ਕੋਈ ਨਾ ਛੱਤਿਆ ਕਮਾਨੋ ਤੀਰਵੀਂ ਆ ਮੁਰਸ਼ਿਦ ਬਾਹ ਨੇ ਦੱਸਦਾ ਰਾਹ ਕੋਈ ਦੁੱਧਾ ਬਾਹ ਨਰ ਦੀ ਖੀਰਵੀਂ ਆ ਚਾਰ ਜਾਫੀ ਇੱਕ ਨੀ ਤੇ ਮਨਜਿੰਦਰ ਸਿੰਘ ਨੂੰ ਉੱਡਣਾ ਆਖਦੇ ਆ ਔਰ ਦੂਸਰੀ ਗਣੀ ਤੇ ਪਲਵਿੰਦਰ ਸਿੰਘ ਨੂੰ ਮੱਲ ਆਖਦੇ ਆ ਆ ਸਾਡੇ ਬਾਅਦ ਹੀ ਸਤਿਕਾਰ ਦੇ ਉਸਦਾਰ ਕੁਲਵਿੰਦਰ ਸਿੰਘ ਮੱਲੀ ਚੜ੍ਹਦੀ ਕਲਾ ਕਬੱਡੀ ਅਕੈਡਮੀ ਜਲੰਧਰ ਜਿਨ੍ਹਾਂ ਨੂੰ ਅੱਜ ਜਿਨ੍ਹਾਂ ਦਾ ਮਾਨ ਸਨਮਾਨ ਜੋ ਕੀਤਾ ਜਾਵੇਗਾ ਸਤਿਕਾਰ ਕੁਲਵਿੰਦਰ ਸਿੰਘ ਮੱਲੀ ਸਾਹਿਬ ਕੋਚ ਨੇ ਔਰ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਦੀ ਮਾਂ ਖੇਡ ਕਬੱਡੀ ਨੂੰ ਹੈਲੋ ਸੁਰ ਸਿੰਘ ਵਾਲਾ ਭਾਜੀ ਕਿੱਥੇ ਆ ਬੈਠਿਆ ਜੀ ਓਕੇ ਭੇਟਾਂ ਵਾਲੇ ਹਾਂਜੀ ਮੈਂ ਜੋ ਲਾ ਭੇਟਾਂ ਵਾਲੇ ਕੁਲਵਿੰਦਰ ਸਿੰਘ ਮੱਲੀ ਸਾਹਿਬ ਉਹਨਾਂ ਦਾ ਮਾਨ ਸਨਮਾਨ ਇਸ ਵੇਲੇ ਕੀਤਾ ਜਾ ਰਿਹਾ ਹੈ ਸਤਿਕਾਰ ਸਿੰਘ ਮੱਲੀ ਸਾਹਿਬ ਚੜ੍ਹਦੀ ਕਲਾ ਕਬੱਡੀ ਅਕੈਡਮੀ ਜਲੰਧਰ ਦੇ ਕੋਚ ਨੇ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਦੀ ਮਾਂ ਖੇਡ ਕਬੱਡੀ ਨੂੰ ਆ ਸਾਡੇ ਅਮਰਜੀਤ ਸਿੰਘ ਨਿੱਜਰ ਆਹੋ ਰਜੀ ਸੰਘਾ ਸਾਹਿਬ ਪੱਤਰਕਾਰ ਸਾਡੇ ਦਰਬਾਰ ਵਿੱਚ ਹੈ ਆਪਾਂ ਸੰਘਾ ਸਾਹਿਬ ਦਾ ਤੇ ਨਿੱਜਰ ਸਾਹਿਬ ਦੇ ਵਜਣ ਦੇ ਬਾਅਦ ਬਹੁਤ ਧੰਨਵਾਦ ਹੈ ਸਾਡਾ ਵੀ ਇੰਦਰਜੀਤ ਸਿੰਘ ਜੀ ਵੀ ਵਜੇ ਹੋਇਆ ਪੱਤਰਕਾਰ ਸੋ ਸਾਰੇ ਆਪਾਂ ਵੀਰਾਂ ਦਾ ਬਹੁਤ ਧੰਨਵਾਦ ਹੈ ਹੈਲੋ ਮੱਲੀ ਵਾਲੇ ਕਿੱਥੇ ਵੀ ਮੱਲੀਆਂ ਪਾਜੀ ਦੋ ਮਿੰਟ ਰਹਿ ਯਾਰ ਤੁਹਾਨੂੰ ਕਿੰਨਾ ਟਾਈਮ ਦਿੱਤਾ ਹੈਗਾ ਆਈ ਮੈਚ ਕਰਾਉਣ ਤੋਂ ਬਈ ਅਰਦਰ ਬਚਿੱਤਰ ਸਿੰਘ ਨਾਰਵਨ ਨਲ ਮਾਨਕ ਵਾਲਾ ਮੈਦਾਨ ਚ ਕਬੱਡੀ ਪਾਦਾ ਤੇ ਪਲਵਿੰਦਰ ਸਿੰਘ ਮੱਲ ਕਾਲੇ ਸਿੰਘਾਂ ਦਾ ਨਾ ਤਗੜਾ ਜਾਫਾ ਦੇ ਨੰਬਰ ਜੋੜਦਾ ਆਪਣੀ ਟੀਮ ਦੇ ਵਾਸਤੇ ਜਿੱਥੇ ਆਪਾਂ ਤਾਂ ਲਿਖਦਾ ਹੈ ਕਬੱਡੀ 365 .com ਦੀ ਸਮੁੱਚੀ ਟੀਮ ਦਾ ਜਿਨ੍ਹਾਂ ਦੇ ਬਹੁਤ ਵੱਡੇ ਉਦਮ ਦੇ ਨਾਲ ਇਹ ਮਾਂ ਖੇਡ ਕਬੱਡੀ ਅੱਜ ਲਾਈਵ ਦੇਸ਼ਾਂ ਦੀ ਧਰਤੀ ਤੇ ਦਿਖਾਈ ਜਾ ਰਹੀ ਹੈ ਔਰ ਮਾਲਵੇ ਦੀ ਮੰਨੀ ਪ੍ਰਮਾਣ ਤੇ ਪਹਿਲੇ ਨੰਬਰ ਦੀ ਵੈਬਸਾਈਟ ਹੈ www.kabaddi365.com ਸੇਲ ਬਰਾਤੇ ਸਾਡੇ ਵੀਰ ਪ੍ਰਦੀਪ ਵਰਗੇ ਹੈਪੀ ਵਰਗੇ ਸਾਰੇ ਵੀਰਾਂ ਦਾ ਸਤਿਕਾਰ ਕੀਤਾ ਜਾਂਦਾ ਪੰਜਾਬ ਦੇ ਕਬੱਡੀ ਕੱਪਾਂ ਦੇ ਵਿੱਚ ਉੱਥੇ ਕਬੱਡੀ ਵਾਈਫਾਈ ਤੇ ਔਰ ਫੇਸਬੁੱਕ ਤੇ ਜਿਹੜਾ ਸਾਡਾ ਵੀਰ ਅਪਲੋਡ ਕਰਦਾ ਹੈ ਆਪਾਂ ਉਸ ਨੂੰ ਦਾ ਵੀ ਬਹੁਤ ਬਹੁਤ ਧੰਨਵਾਦ ਕਰਾਂਗੇ ਇਧਰ ਮੈਦਾਨ ਵਿੱਚ ਜੀਤਾ ਨਲ ਮਾਨਕ ਵਾਲਾ ਪਾਉਂਦਾ ਹੈ ਕਬੱਡੀ ਔਰ ਦੂਸਰੇ ਪਾਸੇ ਕਾਲੇ ਸਿੰਘਾਂ ਵੱਲੋਂ ਕੀਤੀ ਹੋਈ ਕੋਸ਼ਿਸ਼ ਹੈ ਚੱਲ ਵੀ ਸਿੰਮੀ ਨਾਰਵਾਂ ਨਾਲ ਪਾ ਕਬੱਡੀ ਨਾ ਸਿੰਮਾ ਕਾਲੇ ਸਿੰਘਾਂ ਦਾ ਮੈਦਾਨ ਵਿੱਚ ਅਗਲੀ ਕਬੱਡੀ ਪਾਉਣ ਦੇ ਵਾਸਤੇ ਵਾਧਾ ਪਾਈ ਹੋਈ ਕਬੱਡੀ ਤੇ ਕਾਂ ਜਾਫਾ ਲਾਉਂਦਾ ਇਹ ਸਮੇਂ ਦੇ ਨਾਲ ਆਪਾਂ ਲੱਗਦੇ ਆ ਚਾਰ ਜਾਫੀ ਨੇ ਇੱਧਰ ਤਿਆਰ ਬਸ ਤਿਆਰ ਚਾਰ ਜਾਫੀਆਂ ਦੇ ਵਿੱਚੋਂ ਨਲ ਮਾਨਕ ਦੇ ਨਿੱਪੇ ਨੇ ਫਿਰ ਟਰਾਈ ਕਰ ਦਿੱਤੀ ਆ ਮੈਦਾਨ ਵਿੱਚ ਜਾਫਾ ਲਾਉਣ ਦੇ ਕਿ ਦੀਵੇ ਮੰਦਰਾਂ ਵਿੱਚ ਨੇ ਪੂਜ ਹੁੰਦੇ ਕੋਈ ਅੱਲਾ ਈਸ਼ਵਰ ਵਾਹਿਗੁਰੂ ਤੇ ਮਸੀਹ ਕਹਿੰਦੇ ਤਾਂ ਰਾਮ ਨੇ ਰੱਬ ਚੋ ਭੇਦ ਕਹਿੰਦੇ ਰਾਣੀ ਝਾਂਸੀ ਨੇ ਸੀ ਉਹਦੇ ਤਲਵਾਰ ਚੁੱਕੀ ਪੁੱਜੀ ਜਦੋਂ ਦੀ ਅੜਕ ਨੂੰ ਫੇਸ ਕਹਿੰਦੇ ਬਸ ਵਾਰ ਕੇ ਸੁੱਤਾ ਜਿੱਥੇ ਕੰਡਿਆਂ ਤੇ ਰਾਖਾ ਧਰਮਲੀ ਗੁਰੂ ਦਸ਼ਮੇਸ਼ ਕਹਿੰਦੇ ਔਰ ਮੈਦਾਨ ਵਿੱਚ ਇਸ ਸਮੇਂ ਫਿਰ ਜੀਤਾ ਨਾਡਵਾਲ ਵਧਿਆ ਹੈ ਕਬੱਡੀ ਪਾਉਣ ਦੇ ਲਈ ਤੇ ਕਰ ਹਲਗਾ ਰਾਡਾ ਚ ਬੰਦੇ ਨੂੰ ਨੰਬਰ ਜੋੜ ਦਿੱਤਾ ਹੈ ਚੱਲ ਵੀ ਤਾਜੇ ਦੀ ਕਬੱਡੀ ਦੇ ਲੋਕ ਫੈਨ ਹੈ 15 ਤਰੀਕ ਨੂੰ ਖਜੂਰਲੇ ਦੇ ਹੋਏ ਕਬੱਡੀ ਕੱਪ ਦਾ ਇਹ ਸਾਰੇ ਤੁਮ ਤਾਜ਼ੀ ਰਿਹਾ ਹੈ ਔਰ ਜਿੱਥੇ ਮਾਣ ਕੀਤਾ ਗਿਆ ਸਨਮਾਨ ਦਾ ਸਨਮਾਨ ਹੋਇਆ
ਕਾਲੇ ਸਿੰਘਾਂ ਦੇ ਤਾਜੇ ਨੇ ਧਾਲੀਵਾਲ ਬੋਰਡ ਦੇ ਬਾਲੇ ਨਾਲ ਕਬੱਡੀਆਂ ਪਾਈਆਂ, ਜਿੱਥੇ ਕਹਿੰਦੇ ਵੀ ਵਰਿੰਦਰ ਬਹਾਦਰ ਦੇ ਨਾਲ ਭੰਡਾਰਾਂ ਦੇ ਸੁੱਖੇ ਨੇ ਮਿਲ ਕੇ ਜਫੇ ਲਾਏ ਆ, ਉੱਥੇ ਸਤਿਕਾਰਯੋਗ ਮਨਜੀਤ ਸਿੰਘ ਮਾਧੋ ਚੰਡਾ ਹੈ ਉਹ ਵੀ ਆਪਣੇ ਸਾਥੀਆਂ ਨਾਲ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਰਦਾਰ ਮਨਜੀਤ ਸਿੰਘ ਜੀ ਮਾਧੋ ਚੰਡੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਇੱਧਰ ਗੋਪੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਵਧਿਆ ਹੈ, ਕਾਲੇ ਸਿੰਘਾਂ ਦੀ ਟੀਮ ਦੇ ਵੱਲੋਂ ਫਿਰ ਗੁੱਟ ਫੜਦਾ ਨੜਦਾ ਨਾ ਨਾ ਜਾਨਦਰ ਜਾਫਾ ਲਾਉਣ ਦੇ ਵਾਸਤੇ ਯਤਨ ਬਹੁਤ ਵਧੀਆ ਕੀਤਾ, ਪਰ ਨਹੀਂ ਕਾਮਯਾਬ ਹੋਇਆ 3 ਨੰਬਰ ਰੇਡਰ ਦੇ ਵਾਸਤੇ। ਅਗਲੀ ਕਬੱਡੀ ਫਿਰ ਆਪ ਜਦੋਂ ਕਿਲੇ ਮੈਦਾਨ ਵਿੱਚ ਕਾਲੇ ਸਿੰਘਾਂ ਦੇ ਕੁੱਟਾ ਵੀਰ ਹੈ ਨਾ ਪਲਵਿੰਦਰ ਸਿੰਘ ਹੈ, ਜਿਸ ਨੌਜਵਾਨ ਨੇ ਬਲ ਕੋਨਾ ਦੇ ਖੇਡ ਮੈਦਾਨ ਦੇ ਵਿੱਚ ਉੱਤਮ ਰਹਿਣ ਦੇ ਲਈ ਵਧੀਆ ਪ੍ਰਦਰਸ਼ਨ ਕੀਤਾ, ਔਰ ਫਿਰ ਕਹਿੰਦੇ ਵੀ ਹੁੰਗਲ ਢੱਡਿਆਂ ਦੇ ਕਬੱਡੀ ਕੱਪ ਦਾ ਵੀ ਉੱਤਮ ਰਿਹਾ ਤੇ ਐਲਸੀਡੀਆਂ ਜਿੱਤੀਆਂ ਇਸ ਨੌਜਵਾਨ ਨੇ ਦੋਨਾਂ ਖੇਡ ਦੇ ਮੈਦਾਨਾਂ ਦੇ ਵਿੱਚ। ਹਾਂ ਵੀ ਸੁਰ ਸਿੰਘ ਵਾਲਾ ਤੇ ਭੇਟਾਂ, ਸੁਰ ਸਿੰਘ ਵਾਲੇ ਦੀ ਟੀਮ ਵਿੱਚ ਸੁਰ ਸਿੰਘ ਵਾਲਾ ਠੀਕ ਹੈ ਗਰਾਊਂਡ 'ਚ ਤੇ ਭੇਟਾਂ ਦੀ ਟੀਮ ਵੀ ਪੁੱਜ ਚੁੱਕੀ ਹੈ, ਧੰਨਵਾਦ ਇਹਨਾਂ ਖਿਡਾਰੀਆਂ ਦਾ। ਔਰ ਹਰਜੀਤ ਸਿੰਘ ਵਾਧਾ ਹੱਕ ਵੱਡੀ ਪਾਉਣ ਦੇ ਲਈ ਤੇ ਭੇਟਾਂ ਵੱਲੋਂ ਆਪ ਕਹਿੰਦੇ ਵੀ ਟੀਮ ਜਿਹੜੀ ਪੁੱਜ ਗਈ ਹੈ, ਤੇ ਦੂਸਰੇ ਪਾਸੇ ਸੁਰ ਸਿੰਘ ਵਾਲੇ ਦੀ ਟੀਮ ਹੈ ਇਹ ਬਾਅਦ ਜਿਹੜਾ ਮੈਚ ਹੋਵੇਗਾ ਨਲ ਮਾਣਕ ਦਾ ਮੁਕਾਬਲਾ ਖੇਡਿਆ ਜਾ ਰਿਹਾ ਕਾਲੇ ਸਿੰਘਾਂ ਦੇ ਨਾਲ। ਨਲ ਮਾਣਕ ਦੇ ਨੰਬਰ ਇਹ 5 ਤੇ ਕਾਲੇ ਸਿੰਘਾਂ ਦੇ 10, ਕਾਲਾ ਸਿੰਘਾਂ ਇਸ ਮੈਚ ਦੀ ਜੇਤੂ ਟੀਮ ਹੈ, ਨੋਟ ਕਰ ਲਈ ਮੇਰਾ ਵੀਰ, ਕਾਲਾ ਸਿੰਘਾਂ ਜੇਤੂ ਹੈ ਟੀਮ ਜਿਹੜੀ ਆ। ਸੁਰ ਸਿੰਘ ਵਾਲਾ ਵੀ ਪੁੱਜੀ ਹੋਈ ਹੈ ਤੇ ਦੂਸਰੇ ਪਾਸੇ ਭੇਟਾਂ ਦੀ ਟੀਮ ਦਾ ਮੈਚ ਜੋ ਸ਼ੁਰੂ ਹੋਣ ਜਾ ਰਿਹਾ ਹੈ। ਦੋਨੋਂ ਟੀਮਾਂ ਜਿਹੜੀਆਂ ਲਾਈਨਅਪ ਕੀਤੀਆਂ ਜਾ ਰਹੀਆਂ, ਮੈਂ ਬੇਨਤੀ ਕਰਾਂਗਾ ਸਰਦਾਰ ਪ੍ਰਦੁਮਨ ਸਿੰਘ ਜੀ ਹੋਣਾਂ ਨੂੰ ਕਿ ਜਿੰਨੀਆਂ ਵੀ ਮਾਰੀਆਂ ਸ਼ੁਸ਼ੀਤਾ ਸਟੇਜ ਦੇ ਬਲਾਰਮਾਨ ਨੇ ਉਹ ਸਾਰਿਆਂ ਨੂੰ ਖੇਡ ਦੇ ਮੈਦਾਨ ਵਿੱਚ ਲੈ ਕੇ ਆਉਣਗੇ, ਦੋਨੋਂ ਟੀਮਾਂ ਲਾਈਨਅਪ ਹੋਣਗੀਆਂ ਆਸ਼ੀਰਵਾਦ ਦੇਣ ਦੇ ਲਈ, ਜਿੰਨੇ ਵੀ ਸਟੇਜ ਦੇ ਬਲਾਰਮਾਨ ਆ ਸਾਰੇ ਗਰਾਊਂਡ ਵਿੱਚ ਆਉਣਗੇ। ਸਰਦਾਰ ਅਮਰਜੀਤ ਸਿੰਘ ਜੀ ਢਵਈ ਸਾਹਿਬ, ਸਰਦਾਰ ਦਵਿੰਦਰ ਸਿੰਘ ਜੀ ਸਿੱਧੂ ਸਾਹਿਬ ਸਿਨਮਾ ਦੋਨਾਂ ਵਾਲੇ ਵੀ ਪੁੱਜੇ ਆ, ਬਹੁਤ ਬਹੁਤ ਧੰਨਵਾਦ ਉਹਨਾਂ ਦੇ ਇੱਥੇ ਪੁੱਜਣ ਤੇ। ਨਾ ਹੀ ਸਾਡੇ ਹਰਗੁਰਦੇਵ ਸਿੰਘ ਜੀ SHO ਸਾਹਿਬ ਆਪਣੇ ਸਮੁੱਚੇ ਸਾਥੀਆਂ ਨਾਲ ਪੁੱਜੇ ਆ, ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਮੈਂ ਬੇਨਤੀ ਕਰਾਂਗਾ ਜਿੰਨੇ ਵੀ ਵੀਰ ਸਟੇਜ ਤੇ ਬਿਰਾਜਮਾਨ ਨੇ ਸਾਰੇ ਵੀ ਜਿਹੜੇ ਖੇਡ ਦੇ ਮੈਦਾਨ 'ਚ ਚੜ ਗਏ ਦੋਨੋਂ ਟੀਮਾਂ ਨੂੰ ਆਸ਼ੀਰਵਾਦ ਦੇਣ ਦੇ ਵਾਸਤੇ। ਸਰਦਾਰ ਦਲਜੀਤ ਸਿੰਘ ਜੀ ਸਰਪੰਚ ਸਾਹਿਬ, ਸਰਦਾਰ ਗੁਰਦਿਆਲ ਸਿੰਘ ਜੀ, ਔਰ ਆਪਾਂ ਬੇਨਤੀ ਕਰਾਂਗੇ ਸਾਰੇ ਜਿੰਨੇ ਵੀ ਸਟੇਜ ਤੇ ਬਿਰਾਜਮਾਨ ਨੇ ਜਿਹਨਾਂ ਦੇ ਨਾਮ ਅਸੀਂ ਨਹੀਂ ਜਾਣਦੇ, ਵਾਹਿਗੁਰੂ ਆਪ ਨਾਮ ਜਾਣਦਾ ਹੈ ਕਿ ਮਾਂ ਪਿਓ ਭੈਣ ਭਰਾ ਬੋਲਾ ਜਾਂ ਤੁਹਾਨੂੰ ਰੱਬ ਦੀ ਥਾਂ ਬੋਲਾ, ਇੱਥੇ ਹਰ ਸ਼ਖਸੀਅਤ ਰਾਮੀ ਏ, ਮੈਂ ਕਿਹਦਾ ਕਿਹਦਾ ਨਾਂ ਬੋਲਿਆ, ਇਸ ਕਰਕੇ ਨਾਮ ਸਾਰਿਆਂ ਦੇ ਨਹੀਂ ਲੈ ਜਾਣਗੇ, ਸਾਰੇ ਵੀ ਜਿਹੜੇ ਗਰਾਊਂਡ ਦੇ ਚਾਲਗੇ, ਕਿਉਂਕਿ ਸਾਰੇ ਸਤਿਕਾਰਯੋਗ ਨੇ ਸਾਰਿਆਂ ਦੇ ਵੱਡੇ ਸਹਿਯੋਗ ਦੇ ਨਾਲ ਇਹ 29ਵਾਂ ਸਾਲਾਨਾ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇੱਧਰ ਡਾਕਟਰ ਰਾਮ ਲਵਾਲ ਦੀ ਸੰਘਾ, ਹਰ ਸਾਲ ਜਿਹਨਾਂ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਉੱਥੇ ਖਿਡਾਰੀਆਂ ਨੂੰ ਵੀ ਵੱਡੇ ਮੈਚ ਦੇ ਗੱਫੇ ਦਿੰਦੇ ਆ, ਡਾਕਟਰ ਰਾਮ ਲਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਆਪਾਂ ਕਰਾਂਗੇ। ਆ ਤਾੜੀਆਂ ਮਾਰੀਆਂ ਜਾ ਰਹੇ ਇਹਨਾਂ ਮਾਣਯੋਗ ਸਤਿਕਾਰਯੋਗ ਸ਼ਖਸੀਅਤਾਂ ਦੇ ਵਾਸਤੇ।